ਹੈਲੋ ਨਮਸਤੇ ਆਦਾਬ ਸਤਿ ਸ੍ਰੀ ਅਕਾਲ ਦੋਸਤੋ ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ ਤੇ ਤੁਹਾਡਾ ਬਹੁਤ ਹੀ ਬਹੁਤ ਸਵਾਗਤ ਕਰਦਾ ਜੀ ਪੰਜਾਬ ਦੇ ਬਹੁਤ ਹੀ ਸ਼ਾਨਦਾਰ ਤੇ ਚਟਪਟੇ ਸ਼ੋਅ ਦੇ ਵਿੱਚ ਨਾਮ ਜਿਸਦਾ ਪੀਟੀਸੀ ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਸਾਡੇ ਸ਼ੋਅ ਦੇ ਸਪਾਂਸਰਸ ਨੇ ਕੁਕਿੰਗ ਆਇਲ ਪਾਰਟਨਰ ਨੇ ਗਗਨ ਕੁਕਿੰਗ ਆਇਲ ਜਹਾਂ ਗਗਨ ਵਹਾਂ ਜਸ਼ਨ ਜਹਾਂ ਜਸ਼ਨ ਵਹਾਂ ਗਗਨ ਡਿਸ਼ ਵਾਸ਼ਿੰਗ ਪਾਰਟਨਰ ਨੇ ਵਿਮ ਲਿਕੁਇਡ ਜਲ ਸਿਰਫ ਇੱਕ ਚਮਚ ਵਿਮ ਕਾ ਘੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ ਸਪਾਈਸ ਪਾਰਟਨਰ ਨੇ ਕੈਚ ਮਸਾਲੇ 100% ਇੰਡੀਅਨ ਮੂਮੈਂਟ ਕਾ ਮੈਚ ਸਿਰਫ ਕੈਚ ਦੋਸਤੋ ਅਸੀਂ ਪਹੁੰਚ ਗਏ ਜੀ ਬਟਾਲਾ ਸ਼ਹਿਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਟਾਲਾ ਸ਼ਹਿਰ ਵਸਾਇਆ ਗਿਆ ਸੀਗਾ ਮਹਾਰਾਜਾ ਸ਼ੇਰ ਸਿੰਘ ਜੀ ਵੱਲੋਂ ਤੇ ਮੈਂ ਖੜਾ ਜੀ ਉਹਨਾਂ ਦੇ ਸਮਰ ਪੈਲਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦਾ ਸਮਰ ਪੈਲਸ ਹੈ ਯਾਨੀ ਕਿ ਗਰਮੀਆਂ ਦੇ ਵਿੱਚ ਉਹ ਇੱਥੇ ਆਇਆ ਕਰਦੇ ਸੀਗੇ ਤੇ ਨਾਲ ਇੱਥੋਂ ਦਾ ਕਾਲਜ ਜੋ ਕਿ ਬੇਰਿੰਗ ਕਾਲਜ ਬਹੁਤ ਹੀ ਫੇਮਸ ਹੈ ਤੇ ਇਹ ਸਮਰ ਪੈਲਸ ਵੀ ਉਸੇ ਦਾ ਹਿੱਸਾ ਹੈ ਯਾਨੀ ਕਿ ਮੈਂ ਖੜਾ ਜੀ ਬੇਰਿੰਗ ਕਾਲਜ ਦੇ ਵਿੱਚ ਜੇ ਇਸ ਕਾਲਜ ਦੀ ਮੈਂ ਗੱਲ ਕਰਾਂ ਤੇ ਕਾਲਜ ਬਹੁਤ ਹੀ ਪੁਰਾਣਾ ਕਾਲਜ ਹੈ ਆਜ਼ਾਦੀ ਤੋਂ ਪਹਿਲਾਂ ਦਾ ਇਹ ਕਾਲਜ ਹੈ ਤੇ ਬਹੁਤ ਹੀ ਵੱਡੇ ਵੱਡੇ ਕਲਾਕਾਰ ਇਸ ਕਾਲਜ ਤੋਂ ਪੜ੍ਹੇ ਹੋਏ ਨੇ ਤੇ ਨਾਲ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਦੇ ਵਿੱਚ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੀ ਸਾਡੇ ਅਗਲੇ ਕੰਟੈਸਟੈਂਟ ਦੇ ਨਾਲ ਤੇ ਉਹ ਕੰਟੈਸਟੈਂਟ ਦੀ ਆਪਾਂ ਤਿਆਰੀਆਂ ਵੀ ਤਾਂ ਕਰਵਾਉਣੀਆਂ ਨੇ ਯਾਨੀ ਕਿ ਸੁਪਰ ਮਾਰਕੀਟ ਜਾ ਕੇ ਥੋੜ੍ਹੀ ਜਿਹੀ ਪਰਚੇਜ਼ਿੰਗ ਕਰ ਲੈਂਦੇ ਹਾਂ ਆ ਜਾਓ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਸਲੋਨੀ ਜੀ ਇਹ ਨੇ ਜੀ ਸਲੋਨੀ ਬੰਸਲ ਜੀ ਜੋ ਕਿ ਬਟਾਲਾ ਤੋਂ ਨੇ ਅਤੇ ਇਹਨਾਂ ਦੀ ਸਿਲੈਕਸ਼ਨ ਹੋਈ ਜੀ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਦੇ ਵਿੱਚ ਆਪਾਂ ਇੱਥੇ ਸ਼ੋਪਿੰਗ ਕਰਨ ਆਏ ਹਾਂ ਇਹਨਾਂ ਦੇ ਸਮਾਨ ਦੀ ਕਿਉਂਕਿ ਜੋ ਇਹਨਾਂ ਨੇ ਡਿਸ਼ਿਜ਼ ਬਣਾਉਣੀਆਂ ਨੇ ਉਸ ਦੇ ਵਿੱਚ ਚੀਜ਼ਾਂ ਦੀ ਲੋੜ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪੀਟੀਸੀ ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਦੇ ਵਿੱਚ ਹਾਂਜੀ ਤੇ ਹੁਣ ਇਹ ਦੱਸੋ ਕਿ ਤੁਸੀਂ ਸੋਚਿਆ ਸੀਗਾ ਤੁਹਾਡੀ ਸਿਲੈਕਸ਼ਨ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਦੇ ਵਿੱਚ ਹੋ ਜਾਏਗੀ ਸਰ ਹਾਂਜੀ ਮੈਨੂੰ ਉਮੀਦ ਸੀ ਕਿ ਮੇਰੀ ਇਹਦੇ ਵਿੱਚ ਸਿਲੈਕਸ਼ਨ ਹੋ ਜਾਏਗੀ ਕਿਉਂਕਿ ਮੈਨੂੰ ਕੰਫੀਡੈਂਸ ਸੀ ਕਿ ਮੈਂ ਖਾਣਾ ਅੱਛਾ ਬਣਾਉਣੀ ਹੈ ਔਰ ਮੇਰੀ ਇਹਦੇ ਵਿੱਚ ਸਿਲੈਕਸ਼ਨ ਹੋ ਜਾਏਗੀ ਤੇ ਤੁਹਾਨੂੰ ਖਾਣਾ ਬਣਾਉਣ ਦਾ ਸ਼ੌਂਕ ਕਿਵੇਂ ਤੇ ਕਿਸ ਤਰ੍ਹਾਂ ਪਿਆ ਹਾਂਜੀ ਖਾਣਾ ਬਣਾਉਣ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ ਔਰ ਮੈਂ ਵਿਆਹ ਤੋਂ ਪਹਿਲਾਂ ਵੀ ਸੀ ਔਰ ਵਿਆਹ ਤੋਂ ਬਾਅਦ ਵੀ ਮੇਰੀ ਮੈਨੂੰ ਇਸ ਤਰ੍ਹਾਂ ਦੀ ਫੈਮਿਲੀ ਮਿਲੀ ਜਿਹੜੇ ਕਿ ਖਾਣਾ ਬਣਾਉਣ ਦੇ ਕਾਫੀ ਸ਼ੌਕੀਨ ਸੀ ਔਰ ਮੇਰਾ ਕੰਫੀਡੈਂਸ ਦਿਨ ਪ੍ਰਤੀ ਦਿਨ ਵੱਧਦਾ ਗਿਆ ਜੇ ਹੁਣ ਆਪਾਂ ਗੱਲ ਕਰੀਏ ਸ਼ੈਫ ਹਰਪਾਲ ਜੀ ਦੀ ਜੋ ਕਿ ਕੁਝ ਦੇਰ ਦੇ ਵਿੱਚ ਤੁਹਾਡੇ ਘਰੇ ਪਹੁੰਚਣਗੇ ਹਾਂਜੀ ਤੁਸੀਂ ਉਹਨਾਂ ਦੇ ਸਾਹਮਣੇ ਡਿਸ਼ ਬਣਾਓਗੇ ਕਿਹੋ ਜਿਹੀ ਫੀਲਿੰਗ ਹੈ ਹਾਂਜੀ ਮੈਨੂੰ ਬਹੁਤ ਅੱਛੀ ਫੀਲਿੰਗ ਆ ਰਹੀ ਹੈ ਕਿ ਮੈਨੂੰ ਉਹਨਾਂ ਨਾਲ ਇੰਨਾ ਮਤਲਬ ਅੱਛਾ ਮੌਕਾ ਮਿਲਿਆ ਕਿ ਮੈਂ ਆਪਣੀ ਡਿਸ਼ ਉਹਨਾਂ ਨਾਲ ਅੱਛੀ ਬਣਾ ਪਾਵਾਂਗੀ ਓਕੇ ਤੇ ਆਪਾਂ ਸਮਾਨ ਲੈ ਲਿਆ ਤੁਸੀਂ ਇੱਕ ਕੰਮ ਕਰੋ ਤੁਸੀਂ ਇਹ ਸਮਾਨ ਲੈ ਕੇ ਘਰੇ ਪਹੁੰਚੋ ਹਾਂਜੀ ਠੀਕ ਹੈ ਤੇ ਮੈਂ ਸ਼ੈਫ ਹਰਪਾਲ ਜੀ ਨੂੰ ਲੈ ਕੇ ਇਹਨਾਂ ਦੇ ਘਰੇ ਪਹੁੰਚਦਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕਿੱਦਾਂ ਜੀ ਠੀਕ ਹੋ ਫਸਟ ਕਲਾਸ ਗੁੱਡ ਗੁੱਡ ਕਿਆ ਬਾਤ ਹੈ ਜੀ ਕਿਆ ਬਾਤ ਹੈ ਭਾਜੀ ਦੋ ਮਿੰਟ ਭਾਅ ਜੀ ਮੈਨੂੰ ਇਹ ਦੱਸੋ ਕਿ ਮੈਂ ਹੁਣ ਕੰਟੀਨ 'ਚ ਕੁਛ ਖਾਣ ਪੀਣ ਚੱਲਾ ਸੀਗਾ ਮੈਨੂੰ ਇਹ ਦੱਸੋ ਕਿ ਇਸ ਕੰਟੀਨ ਦੀ ਸਪੈਸ਼ਲਿਟੀ ਕੀ ਹੈ ਸਪੈਸ਼ਲਿਟੀ ਇੱਥੇ ਹੈਗੀ ਸਮੋਸੇ ਕਿਹੜੀ ਚਾਹ ਚਾਚੀ ਦੀ ਚਾਹ ਲਾਚੀ ਵਾਲੀ ਆ ਅੱਛਾ ਅੰਦਰ ਚਾਚੀ ਹੈਗੀ ਹੈ ਚਾਚਾ ਨਹੀਂ ਹੈਗਾ ਉਹਦਾ ਚਾਚਾ ਵੀ ਹੈਗਾ ਲਓ ਜੀ ਬੜੀ ਇੰਟਰਸਟਿੰਗ ਗੱਲ ਆ ਅੰਦਰ ਇੱਕ ਚਾਚੀ ਹੈ ਉਹਦੀ ਚਾਹ ਬੜੀ ਫੇਮਸ ਹੈ ਇੱਥੇ ਚਾਚੀ ਦੀ ਚਾਹ ਤੇ ਚਾਚਾ ਕੀ ਬਣਾਉਂਦਾ ਸਮੋਸੇ ਚਾਚਾ ਸਮੋਸੇ ਬਣਾਉਂਦਾ ਤੇ ਚਾਚੀ ਦੇ ਸਮੋਸੇ ਲਓ ਜੀ ਫਿਰ ਆਪਾਂ ਅੰਦਰ ਚੱਲਦੇ ਹਾਂ ਚਾਚੀ ਦੇ ਸਮੋਸੇ ਖਾਣ ਤੇ ਚਾਚੀ ਦੀ ਚਾਹ ਪੀਣ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਚਾਚਾ ਜੀ ਦੋ ਪਲੇਟ ਸਮੋਸੇ ਦੀਆਂ ਦਿਓ ਜੀ ਕਿਆ ਬਾਤ ਹੈ ਗਰਮਾ ਗਰਮ ਸਮੋਸੇ ਸਾਹਿਲ ਭਾਜੀ ਤੁਸੀਂ ਇੱਥੇ ਹਾਂਜੀ ਭਾਜੀ ਇੱਥੇ ਮੈਨੂੰ ਪਤਾ ਸੀ ਦੋ ਇਹ ਚੱਕਰ ਇਹ ਆ ਭਾਜੀ ਮੈਨੂੰ ਪਤਾ ਸੀਗਾ ਕਿ ਜਿੱਥੇ ਮੈਂ ਜਾਊਂਗਾ ਖਾਣ ਪੀਣ ਲਈ ਉੱਥੇ ਤੁਸੀਂ ਵੀ ਤਾਂ ਆਓਗੇ ਇਸੇ ਕਰਕੇ ਮੈਂ ਵੀ ਦੋ ਕੱਪ ਲੈ ਕੇ ਬੈਠਾ ਚਾਹ ਦੀ ਕਿਆ ਬਾਤ ਲਓ ਜੀ ਚੀਅਰਸ ਕਰੋ ਨਾਲੇ ਗੱਲ ਹੋ ਰਹੀ ਸ਼ੈਫ ਹਰਪਾਲ ਜੀ ਆਪਾਂ ਚੇਸ ਤਾਂ ਕਰਦੇ ਆ ਇਹ ਹੈਗੀ ਹੈ ਜੀ ਚਾਚੀ ਦੀ ਚਾਹ ਹੈ ਹਾਂ ਚਾਚੀ ਤਾਂ ਛੁੱਟੀ ਤੇ ਗਈ ਹੋਈ ਆ ਪਰ ਇਹ ਚਾਚੀ ਨੂੰ ਸ਼ੂਗਰ ਫ੍ਰੀ 'ਚ ਮਿਲਦੀ ਹੈ ਇਹ ਹੁਣ ਤੁਸੀਂ ਤੁਹਾਨੂੰ ਤੁੰਨ ਕੇ ਪਾਈਏ ਇਹਦੇ 'ਚ ਉਹਦੇ ਮਿੱਠਾ ਪਾਇਆ ਹੈ ਹਨਾ ਇਹ ਹੈਗਾ ਚਾਚੀ ਦੀ ਚਾਹ ਤੇ ਇਹ ਹੈਗੇ ਆ ਜੀ
ਚਾਚੇ ਦੇ ਸਮੋਸੇ ਤੇ ਦੋਵੇਂ ਰਲ ਮਿਲ ਕੇ ਕਿਚਨ 'ਚ ਕੰਮ ਕਰਦੇ ਨੇ ਵਾਹ ਅੱਜ ਚਾਚੀ ਗਈ ਹੋਈ ਹੈ ਛੁੱਟੀ ਦੇ ਚਾਚੇ ਨੂੰ ਟ੍ਰੇਨਿੰਗ ਲੱਗਦਾ ਵਧੀਆ ਮਿਲੀ ਹੈ ਸਮੋਸੇ ਬਣਾਉਣ ਦੀ ਵੈਸੇ ਐਕਚੁਅਲੀ ਕਾਲਜ ਦੇ ਦਿਨ ਯਾਦ ਕਰਾਂ ਤਾਂ ਮਾਹੌਲ ਬਿਲਕੁਲ ਉਹ ਜਿਹਾ ਹੈ ਉੱਥੇ ਚਾਹ ਇੰਨੀ ਮੇਰੇ ਵੀ ਕਾਲਜ 'ਚ ਬਿਲਕੁਲ ਇਸ ਤਰ੍ਹਾਂ ਹੀ ਮਿਲਦੀ ਸੀ ਇੱਕਦਮ ਸ਼ੂਗਰ ਫ੍ਰੀ ਪਾ ਕੇ ਮਿਲਦੀ ਸੀ ਕੋਈ ਰਾਸ਼ਨ ਦਾ ਕੰਟਰੋਲ ਹੀ ਨਹੀਂ ਹੁੰਦਾ ਸੀ ਪਾਈ ਜਾਓ ਪਾਈ ਜਾਓ ਪਾਈ ਜਾਓ ਤੋ ਕੀ ਬਚਪਨ 'ਚ ਜਵਾਨੀ 'ਚ ਉਹ ਜੋਸ਼ ਨਾਲ ਐਨਰਜੀ ਚਾਹੀਦੀ ਹੁੰਦੀ ਬਿਲਕੁਲ ਨਾਲੇ ਇੱਦਾਂ ਹੋ ਰਿਹਾ ਭਾਅ ਜੀ ਜੀ ਇਸ ਕਾਲਜ ਦੇ ਵਿੱਚ ਆ ਕੇ ਕੰਟੀਨ ਦੇ ਵਿੱਚ ਆ ਕੇ ਨਾ ਮੇਰੇ ਵੀ ਕਾਲਜ ਦੇ ਦਿਨ ਤਾਜ਼ਾ ਹੋ ਗਏ ਵਾਹ ਬਿਲਕੁਲ ਬਹੁਤ ਹੀ ਮਜ਼ਾ ਆਇਆ ਇਹਨਾਂ ਬੱਚਿਆਂ ਦੇ ਨਾਲ ਕਿਉਂ ਜੀ ਠੀਕ ਹੋ ਸੋ ਇਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਇੱਥੇ ਤੁਸੀਂ ਚਾਚੀ ਦੀ ਚਾਹ ਅਤੇ ਚਾਚੇ ਦੇ ਸਮੋਸੇ ਖਾਓ ਹੁਣ ਆਪਾਂ ਖਾ ਲਿਆ ਹੁਣ ਆਪਾਂ ਅੱਗੇ ਵੱਧਦੇ ਹਾਂ ਚਲੋ ਜੀ ਠੀਕ ਹੈ ਚਲੋ ਚਲੋ ਜੀ ਠੀਕ ਜਾ ਜਾਓ ਓਕੇ ਸਤਿ ਸ਼੍ਰੀ ਅਕਾਲ ਬਾਏ ਬਾਏ ਮੈਂ ਦੱਸਦਾ ਜੀ ਮੈਂ ਦੱਸਦਾ ਮੈਂ ਵੀ ਮੋਹਿਤ ਹੋ ਗਿਆ ਸੀਗਾ ਇਸ ਵਿੱਚ ਇੰਨਾ ਡੁੱਬ ਗਿਆ ਸੀ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਿਆ ਕੰਟੈਸਟੈਂਟ ਕੌਣ ਹੈ ਕੰਟੈਸਟੈਂਟ ਜੀ ਇਹ ਸਲੋਨੀ ਬੰਸਲ ਜੀ ਸਲੋਨੀ ਜੀ ਹਾਂਜੀ ਮਜ਼ਾ ਆ ਗਿਆ ਇਹ ਜਿਸ ਤਰ੍ਹਾਂ ਤੁਸੀਂ ਸਵਾਗਤ ਕੀਤਾ ਮੈਨੂੰ ਲੱਗਦਾ ਤੁਹਾਡੀ ਡਿਸ਼ਿਜ਼ ਵੀ ਜਿਹੜੀਆਂ ਹੋਣਗੀਆਂ ਨਾ ਇੱਕਦਮ ਚਮਤਕਾਰ ਵਾਲੀਆਂ ਹੋਣਗੀਆਂ ਜੀ ਅਤੇ ਸਾਰਾ ਪਰਿਵਾਰ ਇੱਕਦਮ ਜਮ੍ਹਾਂ ਹੋਇਆ ਜੀ ਤੁਸੀਂ ਇੱਕ ਕੰਮ ਕਰੋ ਪਰਿਵਾਰ ਨੇ ਨੂੰ ਐਂਟਰਟੇਨ ਕਰੋ ਤੁਸੀਂ ਠੀਕ ਹੈ ਜੀ ਮੈਂ ਕਿਚਨ 'ਚ ਜਾਣਾ ਸਿੱਧਾ ਠੀਕ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਹਾਂ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਚਲੋ ਜੀ ਵੈਰੀ ਨਾਈਸ ਆਓ ਜੀ ਕਿਆ ਬਾਤ ਆ ਦੋਸਤੋ ਕਿਆ ਕਮਾਲ ਦਾ ਸਵਾਗਤ ਕੀਤਾ ਗਿਆ ਜੀ ਇੱਥੇ ਇੱਕ ਵਾਰੀ ਤਾਂ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੇਰਾ ਇੱਥੇ ਵਿਆਹ ਹੈ ਪਰ ਇਹੋ ਜਿਹੀ ਕੋਈ ਗੱਲ ਨਹੀਂ ਦੋਸਤੋ ਇਹ ਹੈ ਜੀ PTC ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 ਅਸੀਂ ਹੈਗੇ ਹਾਂ ਜੀ ਬਟਾਲਾ ਸ਼ਹਿਰ ਦੇ ਵਿੱਚ ਸਾਡੇ ਸ਼ੈਫ ਹਰਪਾਲ ਜੀ ਦੇ ਸਾਡੇ ਕੰਟੈਸਟੈਂਟ ਅੰਦਰ ਕਿਚਨ ਦੇ ਵਿੱਚ ਜਾ ਚੁੱਕੇ ਨੇ ਵੇਲਾ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਪਾਰ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀ ਡਿਸ਼ ਬਣਾਉਣਗੇ ਜੀ ਇਸ ਸ਼ੋਅ ਦੇ ਵਿੱਚ ਸੋ ਫਿਰ ਆਪਾਂ ਮਿਲਦਾ ਬ੍ਰੇਕ ਤੋਂ ਬਾਅਦ ਅਤੇ ਇਹ ਜਿਹੜੀ ਚੀਜ਼ ਬਣਾਈ ਹੈ ਇਹ ਕਦੀ ਬਣਾਈ ਸੀ ਪਹਿਲਾਂ ਇਹਨਾਂ ਵਾਸਤੇ ਪੰਜਾਬ ਚ ਆ ਕੇ ਮੈਨੂੰ ਇੱਕ ਚੀਜ਼ ਹਮੇਸ਼ਾ ਅੱਛੀ ਲੱਗਦੀ ਬਹੁਤ ਚੰਗੀ ਲੱਗਦੀ ਜੀ ਪੰਜਾਬ ਦੀ ਹੋਸਪਿਟੈਲਿਟੀ ਕੰਪੇਅਰ ਨਹੀਂ ਕਰ ਸਕਦੇ ਇੱਥੇ ਬੰਦੇ ਰਾਹ ਚੱਲਦੇ ਚੱਲਦੇ ਰੋਕ ਲੈਂਦੇ ਭਾਜੀ ਚਾਹ ਪੀ ਕੇ ਚਲੇ ਜਾਓ ਕੱਲ੍ਹ ਮੈਂ ਬਟਾਲੇ ਸਟੇਸ਼ਨ ਉਤਰਿਆ ਅਤੇ ਬਾਹਰ ਹੀ ਨਿਕਲਿਆ ਅਤੇ ਕੁਛ ਲੋਕਾਂ ਨੇ ਪਹਿਚਾਣ ਲਿਆ ਕਹਿੰਦੇ ਭਾਅ ਜੀ ਬੈਠੋ ਇੱਥੇ ਠੰਡਾ ਪੀ ਕੇ ਜਾਓ ਚਾਹ ਪੀ ਕੇ ਜਾਓ ਸੇਵਾ ਦਾ ਮੌਕਾ ਦਿਓ ਇੱਥੇ ਛੱਡਦੇ ਨਹੀਂ ਜੇ ਮੌਕਾ ਬਿਲਕੁਲ ਕਈ ਲੋਕਾਂ ਨੂੰ ਓਫੈਂਡਡ ਹੋ ਜਾਂਦੇ ਮਤਲਬ ਲੋਕ ਕਹਿੰਦੇ ਕਿ ਇਹ ਕੀ ਯਾਰ ਪਿੱਛੇ ਪੈ ਗਏ ਬਟ ਪੰਜਾਬ ਦੀ ਹੋਸਪਿਟੈਲਿਟੀ ਕੰਪੇਅਰ ਨਹੀਂ ਕਰ ਸਕੋਗੇ ਜੀ ਅੱਜ ਵੀ ਮੈਂ ਬੰਸਲ ਫੈਮਿਲੀਜ਼ 'ਤੇ ਆਇਆ ਬਟਾਲਾ ਔਰ ਇੱਥੇ ਸਵਾਗਤ ਬਾਹਰ ਹੀ ਇਸ ਤਰ੍ਹਾਂ ਲੱਗਾ ਕਿ ਵਾਹ ਬਰਾਤ ਲੈ ਕੇ ਆ ਗਏ ਜੀ ਆਪਾਂ ਤਾਂ ਐਕਚੁਅਲੀ ਬਰਾਤ ਲੈ ਕੇ ਆਏ ਖਾਣ ਪੀਣ ਦੀ ਬਰਾਤ ਤਾਂ ਆਪਾਂ ਲੈ ਕੇ ਚੱਲਦੇ ਜੀ ਜਿੱਥੇ ਜਾਂਦੇ ਖਾਣ ਪੀਣ ਦੀ ਬਰਾਤ ਮਜ਼ੇ ਵਾਲੀ ਗੱਲ ਹੈ ਨਾ ਚਲੋ ਜੀ ਮੈਂ ਆ ਗਿਆ ਸਲੋਨੀ ਜੀ ਦੇ ਘਰ ਸਲੋਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2 'ਚ ਔਰ ਅਸੀਂ ਕੀ ਬਣਾ ਰਹੇ ਜੀ ਸਰ ਇੱਕ ਤਾਂ ਵੈਜ ਫਿਸ਼ ਸਵੀਟ ਮਸਾਲਾ ਇਹ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਪੰਜਾਬ 'ਚ ਬੰਦਾ ਨੋਨ ਵੈਜ ਖਾਂਦਾ ਤਾਂ ਫਿਸ਼ ਦੀ ਗੱਲ ਕਰਦਾ ਵੈਜ ਖਾਂਦਾ ਤਾਂ ਫਿਸ਼ ਦੀ ਗੱਲ ਕਰਦਾ ਇਹ ਚੱਕਰ ਕੀ ਹੈ ਮੈਨੂੰ ਦੱਸੋ ਪਹਿਲਾਂ ਅਸੀਂ ਵੈਜੀਟੇਰੀਅਨ ਹੈ ਅਸੀਂ ਫਿਸ਼ ਮਸਾਲਾ ਯੂਜ਼ ਕਰ ਰਹੇ ਹਾਂ ਫਿਸ਼ ਮਸਾਲਾ ਯੂਜ਼ ਕਰ ਰਹੇ ਹਾਂਜੀ ਵਾਹ ਮਤਲਬ ਇਹ ਬੜੀ ਕਮਾਲ ਦੀ ਗੱਲ ਹੈ ਇਹ ਦਿਖਣ 'ਚ ਫਿਸ਼ ਵਰਗੀ ਲੱਗੇਗੀ ਜੋ ਬਣਾ ਰਹੇ ਹਾਂਜੀ ਚਲੋ ਜੀ ਮੈਂ ਹੋਰ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦਾ ਕੀ ਕਰਨਾ ਦੱਸੋ ਜੀ ਹਾਂਜੀ ਹਰਪਾਲ ਜੀ ਫਿਸ਼ ਮਸਾਲਾ ਬਣਾਉਣਾ ਸੀ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਪਏਗੀ ਕੀ ਕੀ ਹੈ ਜੀ ਦੱਸੋ ਪਹਿਲਾਂ ਸਾਨੂੰ ਇਹ ਚਾਵਲ ਦਾ ਆਟਾ ਅੱਛਾ ਚਾਵਲ ਦਾ ਆਟਾ ਹਾਂਜੀ ਔਰ ਉਸ ਤੋਂ ਬਾਅਦ ਸਾਨੂੰ ਚਾਹੀਦਾ ਕੋਰਨਫਲੋਰ ਕੋਰਨਫਲੋਰ ਇਹਨੂੰ ਬਾਈਂਡਿੰਗ ਕਰਨ ਵਾਸਤੇ ਔਰ ਨਾਲ ਆਈਸਿੰਗ ਸ਼ੂਗਰ ਹੈ ਜੀ ਇਹ ਚੀਨੀ ਹੈ ਹਾਂਜੀ ਇਹਦਾ ਅਸੀਂ ਕੈਰਮਲ ਬਣਾਵਾਂਗੇ ਅੱਛਾ ਇਹ ਮਗਜ਼ਗਿਰੀ ਹਾਂਜੀ ਇਹ ਪਿਸਤਾ ਚੋਪ ਹਾਂ ਇਹ ਬਦਾਮ ਗਿਰੀ ਇਹ ਖਸਖਸ ਦੇ ਦਾਣੇ ਖਸਖਸ ਔਰ ਇਹ ਦੇਸੀ ਘੀ ਔਰ ਇਹ ਸੌਂਫ ਪਾਊਡਰ ਹਾਂਜੀ ਇਹ ਦਾਲਚੀਨੀ ਪਾਊਡਰ ਹਾਂਜੀ ਔਰ ਇਹ ਹਰੀ ਇਲਾਇਚੀ ਦਾ ਪਾਊਡਰ ਔਰ ਇਹ ਲੌਂਗ ਹੈ ਇਹਦੀ ਫਿਸ਼ ਦੀ ਆਪਾਂ ਡਿਜ਼ਾਈਨਿੰਗ ਕਰਨ ਵਾਸਤੇ ਅੱਛਾ ਫਿਸ਼ ਦੀ ਡਿਜ਼ਾਈਨ ਕਰਨ ਵਾਸਤੇ ਮਤਲਬ ਫਿਸ਼ ਦੀ ਆਈਸ ਬਣਾਉਣ ਵਾਸਤੇ
वाह जी वाह, ये बहुत इंटरेस्टिंग चीज बन रही है जी, फिश मसाला। स्वीट है जड़ी, वेज फिश मसाला एक्चुअली, पूरा नाम ले आ जाए। चलो जी शुरू करिए, की करना जी? सब तो पहला एक पैन लवांगे, और हां जी ਇਹਦੇ ਵਾਸਤੇ ਅਸੀਂ ਇਹ ਚਾਵਲ ਦਾ ਆਟਾ ਲਾਂਗੇ ਜੀ, ਔਰ ਅੱਧਾ ਕੱਪ ਚਾਵਲ ਦਾ ਆਟਾ ਲਾਂਗੇ। ਅੱਛਾ, ਇਹ ਬਿਲਕੁਲ ਮੈਸ਼ਰ ਕਰਨਾ ਤੁਸੀਂ? ਹੈ ਹਾਂਜੀ ਹਾਂਜੀ ਬਿਲਕੁਲ। ਇਹਦੇ 'ਚ ਕੁਝ ਪਾਣੀ ਪਾਉਣਾ ਜੀ? ਹਾਂਜੀ। ਅੱਛਾ ਇੱਕ ਮਿੰਟ, ਪਹਿਲੇ ਪਾਣੀ ਪਾਵਾਂਗੇ। ਪਾਣੀ ਪਾ ਦਿਓ ਜੀ। ਤੇ ਇਹਦਾ ਵੀ ਕੁਝ ਮੈਜ਼ਰਮੈਂਟ ਹੁੰਦਾ ਜੀ ਪਾਣੀ ਦਾ? ਹਾਂਜੀ, ਇਹਦੇ 'ਚ 1 ਕੱਪ ਪਾਣੀ ਪਾਵਾਂਗੇ। ਅੱਛਾ, ਇਹ ਬੜੀ ਸਪੈਸਿਫਿਕ ਹੈ, ਮਤਲਬ ਕੁਝ ਬਿਨਾਂ ਮੈਜ਼ਰਮੈਂਟ ਦੇ ਕਰੋਗੇ ਤਾਂ ਜਾਂ ਗਿੱਲੀ ਹੋ ਜਾਏਗੀ ਜਾਂ ਬਹੁਤ ਡਰਾਈ ਹੋ ਜਾਏਗੀ। ਠੀਕ ਹੈ, ਚਲੋ ਜੀ ਪਾਣੀ ਪਾ ਦਿਓ ਇਹਦੇ 'ਚ। ਨਾਲ ਹੀ ਇਹਦੇ 1 ਚਮਚ ਅਸੀਂ ਘੀ ਡਾਲ ਦਾਂਗੇ। ਹਾਂ, ਥੋੜੀ ਰਿਚਨੈਸ ਆ ਜਾਏ ਇਹਦੇ 'ਚ। ਹਾਂਜੀ ਹਾਂਜੀ ਬਿਲਕੁਲ। ਤੇ ਰਾਈਸ ਫਲਾਰ ਕੌਣ ਪਾ ਰਹੀ ਪਾਉਣਾ? ਹਾਂਜੀ, ਇਹ ਅਸੀਂ ਬਾਅਦ 'ਚ ਪਾਵਾਂਗੇ। ਇਹ ਪਾਣੀ ਗਰਮ ਹੋ ਜਾਏ, ਬੋਇਲ ਦੀ ਜਿਸਾਂ ਬੋਇਲ ਦੀ ਪੋਜੀਸ਼ਨ 'ਚ ਆ ਗਿਆ। ਹਾਂਜੀ, ਅਸੀਂ ਗੈਸ ਬੰਦ ਕਰ ਦਾਂਗੇ। ਗੈਸ ਬੰਦ ਕਰ ਦੇਣਾ। ਹਾਂਜੀ ਹਾਂਜੀ, ਠੀਕ ਹੈ। ਔਰ ਫਿਰ ਅਸੀਂ ਇਹਦੇ ਵਿੱਚ ਹਾਂ ਕੌਣ ਫਲਾਰ ਔਰ ਸ਼ੱਕਰ। ਹਾਂਜੀ, ਇਹ ਅਸੀਂ ਅੱਧਾ ਕੱਪ ਲੈਣਾ। ਹਾਂ ਇੱਕ, ਹਾਂ ਹੈਲੋ, ਲਓ ਜੀ ਇਹ ਤੁਸੀਂ ਫਟਾਫਟ ਇਹਦੇ ਵਿੱਚ ਮਿਕਸ ਕਰ ਦਿਓ। ਲਓ ਜੀ, ਔਰ ਇਹਦੇ ਵਿੱਚ 2 ਚਮਚ ਕੌਰਨ ਫਲਾਰ ਨਾਲ ਹੀ। ਅੱਛਾ, 2 ਚਮਚ ਕੌਰਨ ਫਲਾਰ। ਹਾਂਜੀ, ਔਰ ਆਈਸਿੰਗ ਸ਼ੂਗਰ 1.5 ਚਮਚ। ਅੱਛਾ, ਲਓ ਜੀ ਪਾ ਦਿਓ ਫਟਾਫਟ। ਮੈਂ ਤੁਹਾਡੀ ਫਟਾਫਟ ਕਰ ਦਿਓ। ਅੱਛਾ, ਇਹ ਮਤਲਬ ਪਕਾਉਣਾ ਨਹੀਂ ਹੈ ਪਾਣੀ 'ਚ, ਮਤਲਬ ਕਿ ਉਬਲਦੇ ਹੋਏ ਪਾਣੀ 'ਚ? ਆਲਰੇਡੀ ਪੱਕ ਗਿਆ। ਅੱਛਾ, ਪੱਕ ਗਿਆ ਆਲਰੇਡੀ, ਗਰਮ ਇੰਨੀ ਗਰਮਾਹਟ 'ਚ ਹੀ ਪੱਕ ਗਿਆ। ਇਹਨੂੰ ਥੋੜ੍ਹਾ ਠੰਡਾ ਹੋਣ 'ਤੇ ਟਾਈਮ ਲੱਗੇਗਾ। ਹਾਂਜੀ, ਉਹਦੇ ਵਾਸਤੇ ਇਹਨੂੰ ਅਸੀਂ ਡੋ ਨੂੰ ਨਿਕਾਲ ਕੇ ਫ੍ਰਿਜ 'ਚ ਰੱਖ ਦਾਂਗੇ। ਇਹ ਹੋ ਗਿਆ ਜੀ? ਹੋਰ? ਹਾਂਜੀ ਹੋ ਗਿਆ, ਮਿਕਸ ਹੋ ਗਿਆ। ਹਾਂਜੀ, ਇਹ ਕੰਸਿਸਟੈਂਸੀ ਦੇਖ ਲਓ ਜੀ, ਬਿਲਕੁਲ ਇਸ ਤਰ੍ਹਾਂ ਦੀ ਹੁੰਦੀ ਹੈ। ਹਾਂਜੀ, ਚਲੋ ਜੀ ਤੇ ਇਹਨੂੰ ਕੱਢ ਦਈਏ ਬੋਲ ਚ। ਇਹਨੂੰ ਅਸੀਂ ਹੁਣ ਇੱਕ ਸਾਈਡ ਤੇ ਰੱਖ ਲੈਨੇ। ਅੱਛਾ, ਔਰ ਅਸੀਂ ਕੈਰਮਲ ਤਿਆਰ ਕਰਨੇ। ਕੈਰਮਲ ਤਿਆਰ ਕਰ ਲਈਏ। ਲੋਡ, ਹਾਂਜੀ, ਇਹਦੇ ਵਿੱਚ ਅਸੀਂ ਇਹ ਗ੍ਰੈਨੂਏਟਡ ਸ਼ੂਗਰ ਪਾਵਾਂਗੇ 1 ਕੱਪ। ਅੱਛਾ, ਥੋੜਾ ਬਿਖੇਰ ਕੇ। ਇਹਦੇ ਵਿੱਚ ਪਾਣੀ ਨਹੀਂ ਪਾਉਂਦੇ ਤੁਸੀਂ? ਇਹਦੇ ਵਿੱਚ ਪਾਣੀ ਨਹੀਂ ਪਾਣਾ। ਅੱਛਾ, ਇਹ ਕੈਰਮਲ ਤਿਆਰ ਕਰਨਾ ਸੀ। ਹਾਂਜੀ, ਜਦੋਂ ਇਹਨੂੰ ਅਸੀਂ ਮਤਲਬ ਹਿਲਾਉਣਾ ਵੀ ਨਹੀਂ। ਅੱਛਾ, ਜਦੋਂ ਆਪਣੇ ਆਪ ਸ਼ੂਗਰ ਮੈਲਟ ਹੋ ਜਾਏਗੀ। ਹਾਂਜੀ, ਫਿਰ ਉਹਦੇ ਬਾਅਦ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਪਾ ਦਾਂਗੇ, ਸ਼ੂਗਰ ਪਾ ਦਾਂਗੇ, ਸਾਰੇ ਨਟਸ ਵਗੈਰਾ। ਗਰਮ ਹੋਣ ਦੇ ਕਾਰਨ ਉਹ ਵੀ ਪੱਕ ਜਾਣਗੇ। ਹਾਂਜੀ ਹਾਂਜੀ ਬਿਲਕੁਲ, ਬਹੁਤ ਵਧੀਆ। ਤੇ ਦਾਣੇ ਰਹਿਣ ਨਾਲ ਕੋਈ ਪ੍ਰੋਬਲਮ ਨਹੀਂ ਹੋਏਗਾ ਮੈਡਮ? ਹਾਂਜੀ, ਨਹੀਂ, ਦਾਣੇ ਰਹਿਣ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ। ਜਦੋਂ ਅਸੀਂ ਇਹ ਠੰਡਾ ਹੋ ਜਾਏਗਾ ਤੇ ਅਸੀਂ ਇਹਨੂੰ ਵੇਲਣ ਦੇ ਨਾਲ ਕੁੱਟਾਂਗੇ। ਅੱਛਾ, ਔਰ ਇਹ ਸਾਰਾ ਇਕੁਅਲ ਹੋ ਜਾਏਗਾ। ਓਕੇ ਜੀ, ਤੇ ਇਹ ਹੁਣ ਸਾਰਾ ਮਿਕਸ ਕਰ ਲਿਆ ਤੁਸੀਂ? ਸਾਰਾ ਮਸਾਲਾ ਜਿਹੜਾ ਕੀ ਪਾਇਆ, ਕੀ ਪਾਇਆ ਮੈਮ? ਅਸੀਂ ਪਿਸਤਾ ਕੁੱਟਿਆ ਹੋਇਆ, ਬਦਾਮ ਕੁੱਟੇ ਹੋਏ ਜੀ, ਔਰ ਮਗਜ਼ਗਿਰੀ ਪਾਈ ਹੈ, ਔਰ ਸੌਂਫ ਦਾ ਪਾਊਡਰ, ਦਾਲਚੀਨੀ ਪਾਊਡਰ, ਔਰ ਹਰੀ ਇਲਾਇਚੀ ਦਾ ਪਾਊਡਰ। ਖਸਖਸ ਵੀ ਤੁਸੀਂ? ਖਸਖਸ ਦੇ ਦਾਣੇ ਵੀ ਇਹਦੇ ਵਿੱਚ ਡਾਲ ਲਏ। ਤੇ ਇਹਦੇ ਵਿੱਚ ਪਾ ਦੇਣਾ? ਹਾਂਜੀ, ਇਹ ਸਾਰਾ ਸਮਾਨ ਅਸੀਂ ਇਹਦੇ ਵਿੱਚ ਪਾ ਦਾਂਗੇ। ਵਾਹ, ਫਲੇਵਰ ਵਧੀਆ ਹੋ ਜਾਏਗਾ। ਮਿਕਸ ਕਰਾਂ? ਮਿਕਸ ਕਰ ਦੋ, ਮਿਕਸ ਕਰ ਦੋ। ਔਰ ਅਸੀਂ ਸੈਲਫ ਨੂੰ ਗ੍ਰੀਸ ਕਰਾਂਗੇ ਆਪਣੇ। ਅੱਛਾ, ਇੱਥੇ? ਹਾਂਜੀ, ਓਕੇ। ਔਰ ਅਸੀਂ ਸਾਰਾ ਕੈਰਮਲ ਇਹਦੇ ਉੱਤੇ ਇਹਦੇ ਪਾ ਦੇਣਾ। ਹਟ ਦਾਂਗੇ। ਹਾਂਜੀ, ਤੇ ਮੈਂ, ਤੁਸੀਂ ਆ ਸਪੂਨ ਫੜੋ ਮੈਡਮ। ਹਾਂਜੀ, ਹਾਂ, ਤੇ ਮੈਂ ਤੁਹਾਨੂੰ ਆ ਕਰਕੇ ਦੇਣਾ। ਲਓ ਜੀ, ਤੁਸੀਂ ਇਹਨੂੰ ਫਿਰ ਅਸੀਂ ਗ੍ਰਾਈਂਡ ਕਰਾਂਗੇ। ਪਹਿਲਾਂ ਥੋੜੀ ਦੇਰ ਠੰਡਾ ਹੋਣ ਦਿੰਦੇ ਹਾਂ। ਹਾਂਜੀ, ਤੇ ਗਗਨ ਦਾ ਤੇਲ ਕੁਝ ਖਾਸ ਗੱਲ ਹੈ ਤੁਸੀਂ ਖਲੀ ਗਗਨ ਦਾ ਤੇਲ ਯੂਜ਼ ਕਰਦੇ ਹੋ? ਹਾਂਜੀ, ਇਹ ਤੇ ਇੱਕ ਹੈਲਦੀ ਹੈ, ਔਰ ਇੱਕ ਜਿਸ ਨਾਲ ਅਸੀਂ ਕੋਈ ਚੀਜ਼ ਚ ਫਰਾਈ ਕਰਨੇ ਹੈ, ਔਰ ਬੜੀ ਅੱਛੀ ਕ੍ਰਿਸਪ ਬਣਦੀ ਹੈ। ਤੇਲ ਵੀ ਘੱਟ ਲੱਗਦਾ ਫਰਾਈ ਕਰਨ ਚ? ਹਾਂਜੀ, ਘੱਟ ਲੱਗਦਾ। ਅੱਛਾ ਜੀ, ਚਲੋ ਵਧੀਆ। ਹਾਂਜੀ ਹਾਂਜੀ, ਨੈਕਸਟ ਸਟੈਪ, ਆ ਤੁਸੀਂ ਕੁਝ ਫੜ ਕੇ ਰੱਖਿਆ ਹੈ? ਹਾਂਜੀ ਸਰ, ਇਹ ਅਸੀਂ ਮਟੀਰੀਅਲ ਜਿਹੜਾ ਡੋ ਹੁਣੇ ਰੈਡੀ ਕੀਤਾ ਸੀ ਉਹਨੂੰ ਅਸੀਂ ਯੂਜ਼ ਕਰਾਂਗੇ। ਠੀਕ ਹੈ, ਅਸੀਂ ਇਹ ਕੈਰਮਲ ਜਿਹੜਾ ਬਣਾਇਆ ਹੈ, ਹਾਂਜੀ, ਅਸੀਂ ਇਹਨੂੰ ਕ੍ਰਸ਼ ਕਰਾਂਗੇ। ਹੁਣ ਅਸੀਂ ਇਹਨੂੰ ਵੇਲਣ ਦੇ ਨਾਲ ਮੈਂ ਥੋੜਾ ਦੂਰ ਖੜਾ ਹੋ ਜਾਣਾ ਜੀ, ਵੇਲਣਾ ਮੈਨੂੰ ਬੜਾ ਡਰ ਲੱਗਦਾ ਜੀ। ਹਾਂਜੀ, ਸਲੋਣੀ ਜੀ ਤੁਸੀਂ ਕੁੱਟੋ, ਜਿੰਨਾ ਕੁੱਟਣਾ ਕੁੱਟੋ, ਸਾਰਾ ਗੁੱਸਾ ਲਾਓ ਇਹਦੇ 'ਚ। ਹਾਂਜੀ ਹਾਂਜੀ, ਅੱਛਾ ਮੈਡਮ ਇਹ ਦੱਸੋ ਮੈਨੂੰ, ਤੁਸੀਂ ਇਹ ਜਿਹੜੀ ਐਕਸਾਈਟਿੰਗ ਜਿਹੀਆਂ ਚੀਜ਼ਾਂ ਬਣਾਉਂਦੇ, ਇਹ ਇੰਟਰਸਟ ਕਿੱਥੋਂ ਆਇਆ? ਉਹ ਬਹੁਤ ਅੱਛੇ ਬਣਾਉਂਦੇ ਹੁੰਦੇ ਸੀ, ਔਰ ਜਦੋਂ ਮੈਂ ਇੱਧਰ ਆਈ, ਮੇਰੇ ਸਾਡੇ ਪਾਪਾ ਹੀ ਹੈ, ਉਹ ਵੀ ਬਹੁਤ ਐਕਸਪਰਟ ਨੇ ਕੁਕਿੰਗ ਵਿੱਚ,
ਉਹ ਸ਼ਾਇਦ ਮੇਰੇ ਤੋਂ ਵੀ ਵਧੀਆ ਹੋਣਗੇ। ਵਾਹ, ਉਹ ਤੇ ਬਹੁਤ ਵਧੀਆ ਕੁਕਿੰਗ ਕਰਦੇ ਨੇ। ਬਹੁਤ ਵਧੀਆ ਬਣਾਉਂਦੇ ਨੇ, ਬਹੁਤ ਵਧੀਆ ਬਣਾਉਂਦੇ ਨੇ। ਅੱਛਾ, ਇੱਕ ਕੰਮ ਕਰੀਏ, ਉਹਨਾਂ ਨੂੰ ਸੱਦ ਲਈਏ ਇੱਥੇ। ਹਾਂਜੀ ਜ਼ਰੂਰ। ਚਲੋ ਜੀ ਆ ਜਾਓ। ਵੈਰੀ ਗੁੱਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਓ ਜੀ, ਆਓ ਜੀ, ਇਧਰ ਆਓ, ਆਓ ਜੀ, ਆਓ। ਹਾਂਜੀ, ਤੇ ਬਹੁਤ ਤਾਰੀਫ ਕਰ ਰਹੇ ਸਲੋਨੇ ਜੀ, ਖਾਸ ਤੌਰ ਤੇ ਤੁਹਾਡੀ ਜੀ। ਹਾਂਜੀ, ਕਿਹੜੀਆਂ ਚੀਜ਼ਾਂ ਤੁਸੀਂ ਸਿਖਾਈਆਂ ਇਹਨਾਂ ਨੂੰ? ਮੈਨੂੰ ਕਿ ਜਿਹੜਾ ਪੂਰਾ ਪਰਿਵਾਰ ਆ ਘਰ ਬਹਿ ਕੇ ਹੀ ਪੂਰਾ ਮਜ਼ੇ ਨਾਲ ਖਾਣਾ ਬਣਾਉਂਦਾ, ਹੋਰ ਤੁਹਾਡਾ ਕਿਚਨ ਦੇਖ ਕੇ ਵੀ ਮੈਨੂੰ ਲੱਗਦਾ ਕਿ ਤੁਸੀਂ ਬਣਾਇਆ ਵੀ ਇਸ ਤਰ੍ਹਾਂ ਕਿ ਸਾਰੇ ਨਾਲ ਇੱਥੇ ਲੱਗੇ ਹੋਣੇ ਤੇ ਲੱਗੇ ਹੁੰਦੇ ਕੰਮ ਕਰਨ ਨਾਲ। ਇਸ ਤਰ੍ਹਾਂ ਹੀ ਸ਼ੌਕ ਹੈ ਸਾਰਿਆਂ ਨੂੰ, ਮਤਲਬ ਮੇਰੇ ਜਿਹੜੇ ਹਸਬੈਂਡ ਆ ਉਹਨਾਂ ਨੂੰ ਵੀ ਬਹੁਤ ਸ਼ੌਕ ਹੈ ਕੁਕਿੰਗ ਦਾ। ਅੱਛਾ, ਉਹਨਾਂ ਨੂੰ ਕੀ ਪਸੰਦ ਹੈ? ਮੈਂ ਸਪੈਸ਼ਲ ਤੁਹਾਡੇ ਵਾਸਤੇ ਇੱਕ ਡਿਸ਼ ਬਣਾਈ ਅੱਜ। ਅੱਛਾ, ਹਾਂਜੀ, ਕਿਹੜੀ ਬਣਾਈ ਤੁਸੀਂ? ਹਾਂਜੀ, ਪਨੀਰ ਪਟਾਕਾ। ਪਨੀਰ ਪਟਾਕਾ, ਸੁਪਰ। ਚਲੀਏ, ਤੇ ਇਹ ਜਿਹੜੀ ਚੀਜ਼ ਬਣਾਈ ਹੈ ਇਹ ਕਦੀ ਬਣਾਈ ਸੀ ਪਹਿਲਾਂ ਇਹਨਾਂ ਵਾਸਤੇ? ਚਲੋ ਇੱਕ ਕੰਮ ਕਰਦੇ ਆ, ਅਸੀਂ ਇਹਨੂੰ ਕਾਰਜਕ੍ਰਮ ਨੂੰ ਅੱਗੇ ਵਧਾਉਂਦੇ ਤੇ ਇਹ ਪੂਰੀ ਡਿਸ਼ ਬਣਾਉਂਦੇ, ਫਿਰ ਤੁਹਾਨੂੰ ਚਖਾਵਾਂਗੇ ਵਧੀਆ ਤਰੀਕੇ ਨਾਲ। ਚਲੋ ਜੀ, ਥੈਂਕ ਯੂ ਜੀ। ਹੁਣ ਕੀ ਕਰੀਏ ਦੱਸੋ? ਹੁਣ ਅਸੀਂ ਫਿਸ਼ ਸਟਾਰਟ ਕਰਾਂਗੇ ਬਣਾਉਣੀ। ਅੱਛਾ, ਤੇ ਇਹ ਤੁਸੀਂ ਤੇਲ ਲਾ ਲੈਣਾ। ਹਾਂਜੀ, ਜਿੰਨਾ ਅਸੀਂ ਮਸਾਲਾ ਇਹਦਾ ਆਟਾ ਗੁੰਨਿਆ ਸੀ ਉਹਦੇ ਅਸੀਂ 4 ਪੀਸ ਬਣਾਵਾਂਗੇ। 4 ਪੀਸ ਬਣਾਉਣਾ, ਠੀਕ ਹੈ ਜੀ। ਔਰ ਹੱਥਾਂ ਨੂੰ ਤੇਲ ਲਾ ਕੇ ਇਹਦੀ ਸ਼ੇਪ ਦਾਂਗੇ। ਠੀਕ ਹੈ, ਇਹ ਬਹੁਤ ਹੀ ਐਕਸਾਈਟਿੰਗ ਚੀਜ਼ ਮੈਨੂੰ ਲੱਗ ਰਹੀ ਹੈ ਕਿਉਂਕਿ ਮੈਂ ਇਸ ਤੋਂ ਪਹਿਲਾਂ ਨਹੀਂ ਦੇਖੀ ਸੀ। ਇਹ ਮਹਾਰਾਸ਼ਟਰ 'ਚ ਬਣਾਉਂਦੇ ਆ ਮੋਦਕ, ਇਸ ਤਰ੍ਹਾਂ ਹੀ ਕਰਕੇ, ਬਟ ਇਹ ਤੁਸੀਂ ਜਿਹੜੀ ਫਰਾਈ ਕਰਨ ਦੀ ਚੀਜ਼ ਕਰੀ ਹੈ ਨਾ, ਇਹ ਬਹੁਤ ਹੀ ਮਜ਼ੇਦਾਰ ਲੱਗ ਰਹੀ ਮੈਨੂੰ। ਹਾਂਜੀ, ਹੁਣ ਕੀ ਕਰਨਾ ਦੱਸੋ? ਇਹਨੂੰ ਅਸੀਂ ਇਹ ਉਂਗਲ ਦੇ ਨਾਲ ਹੀ ਮੇਨ ਇਹਦਾ ਮੋਟਿਵ ਹੈ ਬਣਾਉਣ ਦਾ। ਅੱਛਾ, ਤੇ ਉਹ ਪੌਕਿਟ ਬਣਾਉਂਦੇ ਨੇ ਅੰਦਰ? ਹਾਂਜੀ, ਪੌਕਿਟ ਬਣ ਜਾਏਗੀ ਉਹਦੇ ਨਾਲ। ਪਰ ਅਸੀਂ ਕੋਸ਼ਿਸ਼ ਕਰਨੀ ਇਹਨੂੰ ਅੰਦਰੋਂ ਦੀ ਪਤਲਾ ਹੋ ਸਕੇ ਜਿੰਨਾ ਸਕੇ। ਅੱਛਾ, ਓਕੇ, ਅਸਾਂ ਸਰ ਅਸੀਂ ਦੀ ਪੌਕਿਟ ਬਣਾ ਲਾਂਗੇ। ਅੱਛਾ, ਤੇ ਇਸ ਤਰ੍ਹਾਂ ਇਹ ਪੌਕਿਟ ਬਣ ਗਿਆ ਜਿਸ ਤਰ੍ਹਾਂ? ਹਾਂਜੀ, ਪੌਕਿਟ ਬਣ ਗਿਆ, ਬਹੁਤ ਵਧੀਆ ਬਣ ਗਿਆ ਜੀ। ਹਾਂ, ਚਲੋ ਜੀ, ਹੁਣ ਕੀ ਕਰਨਾ ਜੀ? ਹੁਣ ਅਸੀਂ ਇਹਦੇ ਵਿੱਚ ਮਸਾਲਾ ਫਿਲ ਕਰਾਂਗੇ। ਲਓ ਜੀ, ਸਪੂਨ ਲੈ ਤਾ, ਲਓ ਜੀ। ਸਰ ਇੰਨਾ ਭਰਨਾ ਇਹਨਾਂ ਨੂੰ, ਅੱਛਾ, ਜ਼ਿਆਦਾ ਉੱਪਰ ਤੱਕ ਨਹੀਂ ਭਰਾਂਗੇ ਕਿਉਂਕਿ ਅਸੀਂ ਇਹਦਾ ਮੂੰਹ ਬੰਦ ਵੀ ਕਰਨਾ। ਔਰ ਇਹਦਾ ਬਿਲਕੁਲ ਹਲਕਾ ਜਿਹਾ ਪਾਣੀ ਲਗਾ ਕੇ, ਹਾਂਜੀ, ਕਿਨਾਰਿਆਂ ਤੋਂ। ਹਾਂ, ਵਾਹ ਜੀ ਵਾਹ। ਹੁਣ ਅਸੀਂ ਚੀਜ਼ ਇਹਦਾ ਹੋਰ ਧਿਆਨ ਰੱਖਣਾ, ਅਸੀਂ ਇਹਦਾ ਫੇਸ ਹੈ ਫਿਸ਼ ਦਾ ਨੀਚੇ, ਔਰ ਅਸੀਂ ਇਹਨੂੰ ਓਪੋਜ਼ਿਟ ਸਾਈਡ ਤੇ ਬੰਦ ਕਰਨਾ। ਅੱਛਾ, ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਪੁਆਇੰਟਡ ਹੈ ਤੇ ਇਸ ਤਰ੍ਹਾਂ ਬੰਦ ਕਰਨਾ? ਹਾਂਜੀ ਹਾਂਜੀ। ਅੱਛਾ, ਓਕੇ, ਔਰ ਇਸ ਤਰ੍ਹਾਂ ਤਿਆਰ ਕਰਨ ਤੋਂ ਬਾਅਦ ਸੈਂਟਰ 'ਚ ਅਸੀਂ ਥੋੜ੍ਹਾ ਇਹਨੂੰ ਪ੍ਰੈਸ ਕਰਾਂਗੇ। ਅੱਛਾ, ਓਕੇ, ਤਾਂ ਕਿ ਉਹ ਬਿਲਕੁਲ ਠੀਕ ਲੱਗੇ। ਹੈ, ਹਾਂਜੀ, ਵਾਹ, ਬਹੁਤ ਵਧੀਆ। ਫਲਾਈਸ, ਹਾਂਜੀ, ਔਰ ਇਹ ਫੇਸ, ਹਾਂਜੀ, ਤੇ ਇਸ ਤਰ੍ਹਾਂ ਅਸੀਂ ਇਹਨੂੰ ਐਲੋਂਗ ਦਾ ਕਲੋਸ। ਅੱਛਾ, ਅੱਖਾਂ ਬਣਾ ਜੀ ਜਿਹੜੀ ਤੁਸੀਂ ਕਹਿ ਰਹੇ ਸੀ। ਹਾਂਜੀ, ਵਾਹ ਜੀ ਵਾਹ। ਵਾਹ, ਇਹਨੂੰ ਰੱਖੋ ਇੱਥੇ। ਹਾਂਜੀ, ਵਾਹ, ਹਾਂਜੀ, ਇਹ ਦੇਖੋ ਜੀ, ਹੋਮ ਸ਼ੈਫਸ ਦੀ ਕਲਾਕਾਰੀ ਹੈ ਨਾ, ਸੁਪਰ। ਮਤਲਬ ਕਿ ਇਹ ਚੀਜ਼ ਅੱਜ ਮੈਂ ਪਹਿਲੀ ਵਾਰ ਦੇਖ ਰਿਹਾ, ਹੋਰ ਇੰਨਾ ਮਜ਼ਾ ਆ ਰਿਹਾ ਦੇਖ ਕੇ। ਹਾਂਜੀ, ਇਹ ਜਦੋਂ ਪੂਰੀ ਬਣ ਕੇ ਤਿਆਰ ਹੋ ਜਾਏਗੀ, ਹੋਰ ਬਣਾਈਏ ਸਰ, ਇੱਕ ਹੋਰ ਬਣਾ ਲੈਂਦੇ ਜੀ। ਚਲੋ ਚਲੋ ਜੀ, ਫਿਸ਼ ਤਿਆਰ ਹੈ, ਇਹਨੂੰ ਹੁਣ ਫਰਾਈ ਕਰਨਾ ਹੈ। ਫਰਾਈਡ ਚੀਜ਼ਾਂ ਤੋਂ ਮੈਨੂੰ ਇੱਕ ਚੀਜ਼ ਯਾਦ ਆਈ, ਬਈ ਖਾਣ ਪੀਣ 'ਚ ਮੈਂ ਕਦੀ ਵੀ ਪਰਹੇਜ਼ ਨਹੀਂ ਕਰਦਾ, ਨਾ ਮੈਂ ਕਿਸੇ ਨੂੰ ਕਹਿੰਦਾ ਕਿ ਤੁਸੀਂ ਪਰਹੇਜ਼ ਕਰੋ। ਅੱਛਾ ਖਾਣਾ ਖਾਣਾ ਹੈ ਅਤੇ ਮੈਡੀਟੇਸ਼ਨ ਕਰਨਾ, ਦੌੜਨਾ ਹੈ, ਭੱਜਣਾ ਹੈ, ਸੀੜੀਆਂ ਚੜ੍ਹਨੀਆਂ, ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਅੱਛਾ ਖਾਣਾ ਨਹੀਂ ਖਾਣਾ ਅਤੇ ਆਰਾਮ ਨਾਲ ਸੁੱਤੇ ਰਹੋ ਜੀ, ਕੋਈ ਟੈਨਸ਼ਨ ਨਹੀਂ, ਤੁਹਾਡੀ ਮਰਜ਼ੀ। ਚਲੋ ਜੀ, ਸਲੋਨੀ ਜੀ, ਤੇਲ ਦੇ ਚੈੱਕ ਕਰ ਲਓ ਤੁਸੀਂ। ਹਾਂ, ਇਹਨੂੰ ਅਸੀਂ ਪਾਣੀ ਨੂੰ ਰੇਚ ਰੱਖਾਂਗੇ। ਅੱਛਾ, ਤਾਂ ਕਿ ਇਹ ਵੀ ਗਰਮ ਹੋ ਜਾਏ। ਅੱਛਾ, ਇਹਦੇ ਨਾਲ ਫਿਰ ਚਿਪਕੇ ਨਹੀਂ? ਹਾਂਜੀ, ਚਿਪਕੇ ਨਹੀਂ। ਓਕੇ, ਕੀ ਕਰਨਾ ਜੀ ਹੁਣ ਨੈਕਸਟ? ਹੁਣ ਅਸੀਂ ਇਹ ਫਿਸ਼ ਆਪਣੀ ਇਹਦੇ ਵਿੱਚ ਪਾਵਾਂਗੇ। ਠੀਕ ਹੈ, ਇਹ ਬੜਾ ਰਿਸਕੀ ਵਾਲਾ ਕੰਮ, ਇੱਕਦਮ ਧਿਆਨ ਨਾ। ਅੱਛਾ, ਦੇਖੇ ਕੀ ਪਾਉਣਾ? ਹਾਂਜੀ, ਤੇ ਇਹ ਉੱਪਰ ਜਿਹੜਾ ਨਹੀਂ ਹੋ ਰਿਹਾ ਉਹ ਕੀ ਕਰਨਾ? ਤੇ ਚਮਚ ਨਾਲ? ਚਮਚ ਨਾਲ। ਅੱਛਾ, ਫਿਸ਼ ਉਸ ਤਰ੍ਹਾਂ ਹੀ ਡੈਲੀਕੇਟ, ਇਹ ਜੋ ਚੀਜ਼ ਬਣ ਰਹੀ ਇਹ ਵੀ ਡੈਲੀਕੇਟ। ਹਾਂਜੀ,
ਬਹੁਤ ਡੈਲੀਕੇਟ ਜੀ ਰੈਸਪੀ ਹੈ। ਮੈਨੂੰ ਹਲੇ ਤਾਂ ਬਹੁਤ ਐਕਸਾਈਟਮੈਂਟ ਹੋਈ ਜੀ ਦੇਖਣ 'ਚ ਕੀ ਬਣ ਰਿਹਾ, ਕਿਸ ਤਰ੍ਹਾਂ ਬਣ ਰਿਹਾ। ਨਾਮ ਸੁਣਿਆ ਉਦੋਂ ਤੋਂ ਐਕਸਾਈਟਮੈਂਟ ਸੀ, ਹੁਣ ਜੋ ਬਣਿਆ ਉਹ ਵੀ ਮਜ਼ੇਦਾਰ ਹੈ, ਟੇਸਟ ਮਜ਼ੇਦਾਰ ਹੈ ਕਿ ਨਹੀਂ ਇਹ ਤਾਂ ਖਾਣ ਦੇ ਬਾਅਦ ਹੀ ਪਤਾ ਚੱਲੇਗਾ। ਵਾਹ ਸੁਪਰਬ, ਆਹ ਲਓ ਜੀ ਮੈਂ ਤੁਹਾਡੇ ਵਾਸਤੇ ਇਹ ਤਿਆਰ ਕਰ ਲਿਆ ਜੀ, ਹੁਣ ਇਹਨੂੰ ਕੱਢ ਲਓ ਜੀ ਆਰਾਮ ਨਾਲ, ਬਿਲਕੁਲ ਚਮਚ ਲੈ ਲਓ ਜੀ ਅਤੇ ਲੈਣਾ ਤਾਂ। ਹਾਂ ਵਾਹ ਇਹ ਦੇਖੋ ਜੀ ਦੇਖਣ 'ਚ ਇੰਨੀ ਮਜ਼ੇਦਾਰ ਲੱਗ ਰਹੀ ਹੈ, ਪੁੱਛੋ ਨਾ। ਅੱਛਾ ਪ੍ਰੈਜੈਂਟੇਸ਼ਨ ਕਰਨੀ ਹਾਲੇ ਮਤਲਬ, ਠੀਕ ਹੈ ਚਲੋ ਮੈਂ ਵੀ ਤੁਹਾਡੇ ਨਾਲ ਪ੍ਰੈਜੈਂਟੇਸ਼ਨ ਵਾਸਤੇ ਕੁਛ ਕੁਛ ਫਟਾਫਟ ਬਣਾ ਦਾਂਗਾ ਅਤੇ ਮਿਲ ਕੇ ਅਸੀਂ ਪ੍ਰੈਜੈਂਟੇਸ਼ਨ ਕਰ ਲਾਂਗੇ, ਬਹੁਤ ਵਧੀਆ ਚੀਜ਼ ਬਣੀ ਕਰ ਦਈਏ ਜੀ। ਆਈਸਿੰਗ ਸ਼ੂਗਰ ਥੋੜੀ ਵੈਸੇ ਅਸੀਂ ਸਪ੍ਰਿੰਕਲ ਕਰ ਲਾਂਗੇ ਤਾਂ ਕਿ ਜਿਹੜਾ ਉੱਪਰ ਥੋੜਾ ਸਵੀਟ ਉੱਪਰ ਉਹ ਵੀ ਸਵੀਟ ਰਹੇ। ਅੱਛਾ ਆ ਲਓ ਜੀ ਇਹਨੂੰ ਇੱਥੇ ਰੱਖ ਦੇਣਾ ਤੇ ਆਈਸਿੰਗ ਸ਼ੂਗਰ ਉੱਪਰੋਂ ਤੇ ਗਰਮ ਹੁੰਦਾ ਉਦੋਂ ਹੀ ਕਰਨੀ ਚਾਹੀਦਾ ਤਾਂ ਕਿ ਸਵੀਟਨੈਸ ਉੱਪਰੋਂ ਆ। ਹਾਂਜੀ ਸਵੀਟਨੈਸ ਇਹਦੇ ਅੰਦਰ ਡਿਸੋਲਵ ਹੋ ਜਾਏ ਥੋੜੀ ਆਈਸਿੰਗ ਸ਼ੂਗਰ। ਓਕੇ ਕਈ ਲੋਕ ਜ਼ਿਆਦਾ ਮਿੱਠਾ ਪਸੰਦ ਕਰਦੇ ਆ, ਹਾਂਜੀ ਫਿਰ ਅਸੀਂ ਇਹਨੂੰ ਚੋਕਲੇਟ ਸੌਸ ਨਾਲ ਵੀ ਗਾਰਨਿਸ਼ ਕਰ ਸਕਦੇ ਆ। ਹਾਂਜੀ ਤੇ ਮੈਂ ਨਾ ਤੁਹਾਡੇ ਵਾਸਤੇ ਫਟਾਫਟ ਇਹਨੂੰ ਨਾ ਪ੍ਰੈਜੈਂਟੇਸ਼ਨ ਲਈ ਇੱਕ ਪਲੇਟ 'ਚ ਲੈਂਦੇ ਹਾਂ, ਠੀਕ ਹੈ ਜੀ। ਆਹ ਲਓ ਜੀ ਇਹ ਤੁਹਾਡੇ ਵਾਸਤੇ ਮੈਂ ਜਿਹੜੀ ਤੁਸੀਂ ਚੀਜ਼ ਬਣਾਈ ਸੀ ਨਾ ਮੈਂ ਉਹਦੇ ਐਕਸਟੈਂਸ਼ਨ ਹੀ ਕਰ ਲੈਣਾ, ਦੇਖੋ ਜੀ ਮੈਂ ਤੁਹਾਡੇ ਵਾਸਤੇ ਫਟਾਫਟ ਇਹ ਜਿਹੜੀ ਚੀਜ਼ ਤੁਸੀਂ ਬਣਾਈ ਸੀ ਇਹਨੂੰ ਹੀ ਥੋੜ੍ਹੀ ਜਿਹੀ ਲੈ ਕੇ ਥੋੜ੍ਹਾ ਜਿਹਾ ਪਾਣੀ ਪਾ ਦਾਂ ਤਾਂ ਕਿ ਓਵਰ ਨਾ ਹੋ ਜਾਏ ਕੈਰਮਲਾਈਜ਼, ਜ਼ਿਆਦਾ ਨਾ ਹੋ ਜਾਏ, ਠੀਕ ਹੈ ਜੀ। ਕੁਝ ਗੁਲਾਬ ਦੇ ਪੱਕੜੇ ਹੈਗੇ ਜੀ, ਇਹਦੇ 'ਚ ਹੁਣ ਥੋੜ੍ਹੀ ਗੁਲਾਬ ਦੀ ਵੀ ਖੁਸ਼ਬੂ ਆ ਗਈ, ਜੇ ਗੁਲਾਬ ਜਲ ਹੋਏ ਕੋਈ ਘਰ ਰਹੇ ਉਹ ਵੀ ਯੂਜ਼ ਕਰ ਸਕਦੇ ਹੋ, ਰੋਜ਼ ਸਿਰਪ ਹੋ ਉਹ ਵੀ ਇਹਦੇ 'ਚ ਥੋੜ੍ਹਾ ਜਿਹਾ ਪਾ ਸਕਦੇ ਹੋ। ਇਹ ਛੋਟਾ ਜਿਹਾ ਐਕਸਟੈਂਸ਼ਨ ਮੈਂ ਤੁਹਾਡੇ ਵਾਸਤੇ ਕਰ ਦੇ ਰਿਹਾ, ਹੋਰ ਇਹ ਤਾਂ ਕਿ ਇਸ ਤਰ੍ਹਾਂ ਪੂਰਾ ਮੈਲਟ ਨਾ ਹੋਵੇ ਅਸੀਂ ਇਹਨੂੰ ਥੋੜ੍ਹਾ ਜਿਹਾ ਕੰਮ ਕਰਾਂਗੇ ਇਹਦੇ 'ਚ। ਮੈਂ ਹਨੀ ਪਾ ਦੇਣਾ, ਚਲੋ ਜੀ ਹੁਣ ਅਸੀਂ ਕਰਦੇ ਹਾਂ ਪ੍ਰੈਜੈਂਟੇਸ਼ਨ। ਲਓ ਜੀ ਪਾ ਦਈਏ, ਹਾਂਜੀ ਪਾ ਦਿਓ, ਆ ਜਾਓ। ਆ ਥੋੜ੍ਹੀ ਜਿਹੀ ਬੇਸ ਬਣਾ ਦਿੰਦੇ ਇਹਦਾ, ਠੀਕ ਹੈ ਜੀ, ਅਤੇ ਥੋੜ੍ਹਾ ਜਿਹਾ ਸਿਰਪ ਵੀ ਪਾ ਦਿੰਦੇ, ਰੋਜ਼ ਦਾ ਵੀ ਫਲੇਵਰ ਆ ਗਿਆ। ਲਓ ਜੀ ਵਾਹ ਜੀ ਵਾਹ, ਇੱਕ ਇਸ ਪਾਸੇ ਵੀ ਰੱਖ ਸਕਦੇ ਹੋ, ਵਾਹ ਕਿਆ ਬਾਤ ਹੈ, ਡਿਸ਼ ਇੰਨੀ ਮਜ਼ੇਦਾਰ, ਇੰਨੀ ਇਨੋਵੇਟਿਵ, ਇੱਕਦਮ ਐਕਸਾਈਟਿੰਗ, ਬੜਾ ਮਜ਼ਾ ਆਇਆ ਦੇਖ ਕੇ ਮੈਨੂੰ, ਮੈਨੂੰ ਆਪ ਲੱਗਾ ਕਿ ਮੈਂ ਵੀ ਕੁਛ ਸਿੱਖ ਲਿਆ ਇੱਥੇ ਆ ਕੇ, ਅਤੇ ਹੁਣ ਸਿੱਖ ਤਾਂ ਲਿਆ, ਹੁਣ ਸਿੱਖਣ ਦੀ ਅਗਲੀ ਵਾਰੀ ਜਿਹੜੀ ਹੈ ਨਾ ਉਹ ਟੇਸਟ 'ਚ, ਟੇਸਟ ਦੇ ਬਾਰੇ ਮੈਂ ਦੱਸਾਂਗਾ ਤੁਹਾਨੂੰ ਅੱਜ ਛੋਟੇ ਜਿਹੇ ਬ੍ਰੇਕ ਦੇ ਬਾਅਦ। ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2। ਜਦੋਂ ਖਾਂਦੇ ਨਾ ਸਲੋਨੀ ਜੀ, ਹਾਂਜੀ ਪਹਿਲਾਂ ਮਿੱਠਾ ਹੁੰਦਾ, ਹਾਂਜੀ ਫਿਰ ਅਚਾਨਕ ਟੇਸਟ 'ਚ ਗਾਇਬ ਹੋ ਜਾਂਦਾ, ਕਿਉਂਕਿ ਆ ਰਾਈਸ ਫਲਾਰ ਦੇ ਕਾਰਨ, ਫਿਰ ਅੰਦਰ ਜਿਹੜੀ ਫਿਲਿੰਗ ਆ ਉਹਦਾ ਫਲੇਵਰ ਸਾਰਾ ਆਉਣਾ ਸ਼ੁਰੂ ਹੋ ਜਾਂਦਾ। ਹਾਂਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਬਹੁਤ ਹੀ ਚਟਪਟੇ ਸ਼ੋਅ ਦੇ ਵਿੱਚ। ਨਾਮ ਹੈ ਜਿਸਦਾ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2। ਸਾਡੇ ਸ਼ੋਅ ਦੇ ਕੁਕਿੰਗ ਆਇਲ ਪਾਰਟਨਰ ਨੇ ਗਗਨ ਕੁਕਿੰਗ ਆਇਲ, ਜਹਾਂ ਗਗਨ ਵਹਾਂ ਜਸ਼ਨ, ਜਹਾਂ ਜਸ਼ਨ ਵਹਾਂ ਗਗਨ। ਡਿਸ਼ ਵਾਸ਼ਿੰਗ ਪਾਰਟਨਰ ਨੇ ਵਿਮ ਲਿਕਵਿਡ ਜੈਲ, ਸਿਰਫ ਇੱਕ ਚਮਚ ਵਿਮ ਕਾ ਘੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ। ਸਪਾਈਸ ਪਾਰਟਨਰ ਨੇ ਕੈਚ ਮਸਾਲੇ, 100% ਇੰਡੀਅਨ ਵੁਮਨ ਕਾ ਮੈਚ, ਸਿਰਫ ਕੈਚ। ਦੋਸਤੋ ਆਪਾਂ ਚੱਲਦੇ ਜੀ ਕਿਚਨ ਦੇ ਅੰਦਰ ਤੇ ਦੇਖਦੇ ਹਾਂ ਕਿ ਸ਼ੈਫ ਹਰਪਾਲ ਜੀ ਕੀ ਕਹਿੰਦੇ ਨੇ ਇਸ ਡਿਸ਼ ਦੇ ਬਾਰੇ। ਫਿਸ਼ ਵੈਜ ਸਵੀਟ ਮਸਾਲਾ, ਹੁਣ ਨਾਮ ਸੁਣ ਕੇ ਬੰਦਾ ਕੰਫਿਊਜ਼ ਹੋ ਜਾਂਦਾ ਕਈ ਵਾਰ, ਜਿਸ ਤਰ੍ਹਾਂ ਮੈਂ ਤੁਹਾਡੀ ਰੈਸਿਪੀ ਪੜ੍ਹੀ, ਮੈਂ ਜਦ ਤੱਕ ਕਿਚਨ 'ਚ ਆਇਆ ਨਹੀਂ ਦੇਖਿਆ ਨਹੀਂ, ਮੈਂ ਸਮਝਿਆ ਕਿ ਪਤਾ ਨਹੀਂ ਕੀ ਕਰ ਰਹੇ ਤੁਸੀਂ, ਕੀ ਬਣਾ ਰਹੇ ਹੋ। ਹੁਣ ਜਦੋਂ ਬਣ ਗਈ ਬਹੁਤ ਹੀ ਐਕਸਾਈਟਿੰਗ ਲੱਗੀ, ਮਜ਼ੇਦਾਰ ਲੱਗੀ, ਤੇ ਟੇਸਟ ਕਰ ਲਈਏ ਜੀ। ਹਾਂਜੀ ਬਿਲਕੁਲ ਕਰੋ ਜੀ। ਉੱਪਰੋਂ ਬਹੁਤ ਕ੍ਰਿਸਪ ਆ, ਵਧੀਆ ਦੇਖਣ 'ਚ ਵੀ ਮਜ਼ੇਦਾਰ ਹੈ, ਅਤੇ ਮੈਂ ਇਹ ਜਿਹੜੀ ਕਲੋਵਸ ਆ ਇਹ ਥੋੜ੍ਹੇ ਜਿਹੇ ਕੱਢ ਲੈਣਾ, ਹੁਣ ਇਹਨੂੰ ਪਹਿਲਾਂ ਸਿੱਧਾ ਜਦੋਂ ਖਾਂਦੇ ਆ ਨਾ ਸਲੋਨੀ ਜੀ, ਹਾਂਜੀ
ਪਹਿਲਾਂ ਮਿੱਠਾ ਹੁੰਦਾ ਹਾਂਜੀ ਫਿਰ ਅਚਾਨਕ ਟੇਸਟ ਹੀ ਗਾਇਬ ਹੋ ਜਾਂਦਾ ਕਿਉਂਕਿ ਆ ਰਾਈਸ ਫਲਾਰ ਦੇ ਕਾਰਨ ਹਾਂਜੀ ਫਿਰ ਅੰਦਰ ਜਿਹੜੀ ਫਿਲਿੰਗ ਆ ਉਹਦਾ ਫਲੇਵਰ ਸਾਰਾ ਆਉਣਾ ਸ਼ੁਰੂ ਹੋ ਜਾਂਦਾ ਹਾਂਜੀ ਵੇਖਦੇ ਵੇਖਦੇ ਸਲੋਨੀ ਜੀ ਮੈਂ ਖਤਮ ਹੀ ਕਰ ਦਿੱਤੀ ਹਾਂਜੀ ਜ਼ਰੂਰ ਤੁਸੀਂ ਖਾਓ ਜੇ ਚੀਜ਼ ਇੰਨੀ ਚੰਗੀ ਬਣੀ ਹੋਵੇ ਤਾਂ ਬੰਦਾ ਖਾਏਗਾ ਹੀ ਨਾ ਸਲੋਨੀ ਜੀ ਹਾਂਜੀ ਹਾਂਜੀ ਮੈਂ ਉਹੀ ਕਰ ਰਿਹਾ ਜੀ ਹਾਂਜੀ ਜ਼ਰੂਰ ਜੀ ਬਹੁਤ ਇੰਟਰਸਟਿੰਗ ਚੀਜ਼ ਬਣਾਈ ਹੈ ਤੁਸੀਂ ਸਲੋਨੀ ਜੀ ਇਹ ਮੇਰੇ ਖਿਆਲ 'ਚ ਬਹੁਤ ਇਨੋਵੇਸ਼ਨ ਇਨੋਵੇਟਿਵ ਹੈ ਆਹ ਮਜ਼ਾ ਆ ਗਿਆ ਸਲੋਨੀ ਜੀ ਹੁਣ ਮੈਂ ਬਸ ਆਪਣੀ ਇਹ ਚੀਜ਼ ਕੰਪਲੀਟ ਕਰ ਰਿਹਾ ਜੀ ਥੋੜ੍ਹਾ ਜਿਹਾ ਇਹ ਜਿਹੜਾ ਰੋਜ਼ ਕੈਰਾਮਲ ਅਤੇ ਚਿੱਕੀ ਪਈ ਹੈ ਇਹਦੇ ਨਾਲ ਆਹ ਵੈਜ ਫਿਸ਼ ਸਵੀਟ ਮਸਾਲਾ ਬਣਾਉਣ ਲਈ ਤੁਹਾਨੂੰ ਲੋੜ ਹੈ ਚਾਵਲ ਦਾ ਆਟਾ ਕੋਰਨਫਲਾਰ ਆਈਸਿੰਗ ਸ਼ੂਗਰ ਚੀਨੀ ਕੈਰਾਮਲ ਬਣਾਉਣ ਲਈ ਮਗਜਗਿਰੀ ਪਿਸਤਾ ਚੌਕ ਬਦਾਮਗਿਰੀ ਖਸਖਸ ਦੇਸੀ ਘਿਓ ਸੌਂਫ ਪਾਊਡਰ ਦਾਲਚੀਨੀ ਪਾਊਡਰ ਛੋਟੀ ਇਲਾਇਚੀ ਦਾ ਪਾਊਡਰ ਅਤੇ ਲੌਂਗ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਚਾਵਲ ਦਾ ਆਟਾ ਪਾਣੀ ਦੇਸੀ ਘਿਓ ਕੋਰਨਫਲਾਰ ਅਤੇ ਆਈਸਿੰਗ ਸ਼ੂਗਰ ਪਾ ਕੇ ਮਿਕਸ ਕਰੋ ਅਤੇ ਇੱਕ ਡੋ ਤਿਆਰ ਕਰ ਲਓ ਇੱਕ ਵੱਖਰੀ ਕੜਾਈ ਵਿੱਚ ਚੀਨੀ ਨੂੰ ਬਰਾਊਨ ਹੋਣ ਤੱਕ ਗਰਮ ਕਰੋ ਹੁਣ ਪਿਸੀ ਹੋਈ ਬਦਾਮਗਿਰੀ ਮਗਜਗਿਰੀ ਸੌਂਫ ਪਾਊਡਰ ਛੋਟੀ ਇਲਾਇਚੀ ਦਾ ਪਾਊਡਰ ਦਾਲਚੀਨੀ ਦਾ ਪਾਊਡਰ ਅਤੇ ਖਸਖਸ ਪਾ ਕੇ ਮਿਕਸ ਕਰੋ ਮਿਕਸਚਰ ਨੂੰ ਠੰਡਾ ਕਰਕੇ ਵੇਲਣ ਨਾਲ ਪੀਸ ਲਓ ਨਾਲ ਹੀ ਕੜਾਈ ਵਿੱਚ ਤੇਲ ਗਰਮ ਕਰੋ ਹੁਣ ਚਾਵਲ ਦੇ ਆਟੇ ਦੇ ਗੋਲ ਵੇਲਣ ਆਕਾਰ ਪੋਕਿਟ ਤਿਆਰ ਕਰ ਲਓ ਇਹਦੇ ਵਿੱਚ ਕੈਰਾਮਲ ਮਸਾਲਾ ਸਟੱਫ ਕਰਕੇ ਵਿਚਕਾਰੋਂ ਟਾਈਟ ਪ੍ਰੈਸ ਕਰਕੇ ਫਿਸ਼ ਦੀ ਸ਼ੇਪ ਦਿਓ ਹੁਣ ਲੌਂਗ ਨਾਲ ਉਹਦੀ ਅੱਖਾਂ ਬਣਾਓ ਅਤੇ ਗਰਮ ਤੇਲ ਵਿੱਚ ਫਰਾਈ ਕਰ ਲਓ ਕੈਰਾਮਲ ਮਿਕਸਚਰ ਵਿੱਚ ਥੋੜ੍ਹਾ ਪਾਣੀ ਅਤੇ ਰੋਜ਼ ਪੈਟਲ ਜਾਂ ਰੋਜ਼ ਵਾਟਰ ਪਾ ਕੇ ਸੌਸ ਤਿਆਰ ਕਰ ਲਓ ਆਈਸਿੰਗ ਸ਼ੂਗਰ ਸਪ੍ਰਿੰਕਲ ਕਰਕੇ ਚੋਕਲੇਟ ਸੌਸ ਅਤੇ ਕੈਰਾਮਲ ਸੌਸ ਨਾਲ ਸਰਵ ਕਰੋ ਅਤੇ ਲਓ ਜੀ ਤਿਆਰ ਹੈ ਵੈਜ ਫਿਸ਼ ਸਵੀਟ ਮਸਾਲਾ ਸਲੋਨੀ ਜੀ ਦੀ ਪਹਿਲੀ ਡਿਸ਼ ਵੈਜ ਫਿਸ਼ ਸਵੀਟ ਮਸਾਲਾ ਇੰਨੀਆਂ ਸਾਰੀਆਂ ਚੀਜ਼ਾਂ ਇੰਨਾ ਲੰਬਾ ਨਾਮ ਲੇਕਿਨ ਸਵਾਦ ਮਜ਼ੇਦਾਰ ਹੁਣ ਕੀ ਬਣਾ ਰਹੇ ਜੀ ਸਰ ਅੱਜ ਅਸੀਂ ਬਣਾਉਣੇ ਆ ਵੜਾ ਕਚਾਲੂ ਕਬਾਬ ਵੜਾ ਕਚਾਲੂ ਕਬਾਬ ਵਾਹ ਕਚਾਲੂ ਦੇ ਚਾਟ ਸੁਣੇ ਸੀ ਮੈਂ ਪੰਜਾਬ ਬੜੇ ਖਾਂਦੇ ਲੋਕੀ ਤੇ ਤੁਸੀਂ ਵੜੇ ਬਣਾ ਰਹੇ ਹੈ ਪੰਜਾਬੀ ਇਨਗਰੀਡੀਅੰਟ ਸਾਊਥ ਇੰਡੀਅਨ ਫਾਰਮੂਲਾ ਹਾਂਜੀ ਚਲੋ ਜੀ ਕੀ ਕਰਨਾ ਦੱਸੋ ਹਾਂਜੀ ਸਭ ਤੋਂ ਪਹਿਲਾਂ ਅਸੀਂ ਲੈ ਰਹੇ ਹਾਂ 400 ਗ੍ਰਾਮ ਕਚਾਲੂ ਬੋਇਲ ਐਂਡ ਮੈਸ਼ ਅੱਛਾ ਬੋਇਲ ਕਰਕੇ ਤੁਸੀਂ ਮੈਸ਼ ਕਰ ਲਿਆ ਹਾਂਜੀ ਮੈਂ ਗ੍ਰੇਟ ਕੱਦੂਕਸ ਕਰ ਲਿਆ ਠੀਕ ਹੈ ਹਾਂਜੀ ਹੋਰ ਉਸ ਤੋਂ ਬਾਅਦ ਅਸੀਂ ਲੈ ਰਹੇ ਹਾਂ 200 ਗ੍ਰਾਮ ਆਲੂ ਠੀਕ ਹੈ ਬੋਇਲ ਔਰ ਮੈਸ਼ ਕੀਤੇ ਹੋਏ ਨੇ ਹਾਂਜੀ ਉਸ ਤੋਂ ਬਾਅਦ ਅਸੀਂ ਲੈ ਰਹੇ ਹਾਂ ਅਨਾਰਦਾਨਾ ਪਾਊਡਰ ਇੱਕ ਅਸੀਂ ਲਿੱਤਾ ਕੈਚ ਦਾ ਗਰਮ ਮਸਾਲਾ ਅੱਛਾ ਔਰ ਅਸੀਂ ਲੈ ਰਹੇ ਹਾਂ ਦਾਲਚੀਨੀ ਪਾਊਡਰ ਅੱਛਾ ਔਰ ਅਸੀਂ ਲੈ ਰਹੇ ਹਾਂ ਨਾਲ ਜਿੰਜਰ ਪਾਊਡਰ ਔਰ ਅਸੀਂ ਨਾਲ ਲੈ ਰਹੇ ਹਾਂ ਹਰੀ ਮਿਰਚ ਮਿਰਚਾਂ ਚੌਪ ਕਰਕੇ ਰੱਖੀ ਹੈ ਕੁੱਟ ਲਿਆ ਜਿਸ ਤਰ੍ਹਾਂ ਵੀ ਕਰ ਲਓ ਹਾਂਜੀ ਔਰ ਅਸੀਂ ਨਾਲ ਲੈ ਰਹੇ ਹਾਂ ਜਿੰਜਰ ਚੌਪ ਹਾਂਜੀ ਔਰ ਗਾਰਲਿਕ ਪੇਸਟ ਲੈ ਰਹੇ ਹਾਂ ਅੱਛਾ ਜਿੰਜਰ ਚੌਪ ਪੇਸਟ ਲੈਣੀ ਹੈ ਤੇ ਗਾਰਲਿਕ ਪੇਸਟ ਲੈਣਾ ਹਾਂਜੀ ਉਸ ਤੋਂ ਬਾਅਦ ਅਸੀਂ 3 ਚਮਚ ਵੱਡੇ ਭਰੇ ਹੋਏ ਮੈਦੇ ਦੇ ਲੈ ਰਹੇ ਓਕੇ ਔਰ ਉਸ ਤੋਂ ਬਾਅਦ ਗੈਚ ਦਾ ਸੌਟ ਠੀਕ ਹੈ ਔਰ ਇੱਕ ਐ ਮਸਾਲਾ ਐ 3 ਮਸਾਲਿਆਂ ਨਾਲ ਮਿਲ ਕੇ ਬਣਿਆ ਇਹਦੇ ਵਿੱਚ ਧਨੀਆ ਪਾਊਡਰ ਹੈ ਹਾਂਜੀ ਅਜਵਾਇਨ ਹੈ ਔਰ ਇਹਦੇ ਵਿੱਚ ਜੀਰਾ ਪਾਊਡਰ ਅੱਛਾ ਧਨੀਆ ਜੀਰਾ ਅਜਵਾਇਨ ਅਜਵਾਇਨ ਔਰ ਤਿੰਨਾਂ ਨੂੰ ਅਸੀਂ ਤਵੇ ਤੇ ਰੋਸਟ ਕਰ ਲਿਆ ਰੋਸਟ ਕਰਕੇ ਔਰ ਉਸ ਤੋਂ ਬਾਅਦ ਅਸੀਂ ਇਹਨੂੰ ਵੇਲਣੇ ਨਾਲ ਕਰਸ਼ ਕਰ ਲਿਆ ਅੱਛਾ ਵੇਲਣੇ ਨਾਲ ਕਰਸ਼ ਕਰ ਲਿਆ ਹਾਂਜੀ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇੱਕ ਕਸੂਰੀ ਮੇਥੀ ਹੈ ਠੀਕ ਹੈ ਜੀ ਇਹਨੂੰ ਅਸੀਂ ਗਰਮ ਕਰਕੇ ਕਰਸ਼ ਕਰਾਂਗੇ ਪਹਿਲਾਂ ਅਸੀਂ ਡਰਾਈ ਰੋਸਟ ਕਰਾਂਗੇ ਹਾਂਜੀ ਔਰ ਫਿਰ ਕਰਸ਼ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਤੇ ਇਹ ਵੀ ਕੁਛ ਹੈ ਇਹ ਕਦ ਵਸਤੀ ਜੀ ਹਾਂਜੀ ਇਹ ਹੈਗਾ ਜੀ ਕੌਰਨ ਫਲੇਕਸ ਕਰਾਂਗੇ ਕੌਰਨ ਫਲੇਕਸ ਅੱਛਾ ਕੌਰਨ ਫਲੇਕਸ ਕਰਸ਼ ਕਰਕੇ ਬਾਈਂਡਿੰਗ ਕਰਾਂਗੇ ਚਲੋ ਜੀ ਹੁਣ ਕੀ ਕਰਨਾ ਦੱਸੋ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਕੜਾਈ ਰੱਖਾਂਗੇ ਅੱਛਾ ਔਰ ਕੜਾਈ ਵਿੱਚ ਗਗਨ ਦਾ ਆਇਲ ਪਾਵਾਂਗੇ ਲੋ ਜੀ ਹੁਣ ਅਸੀਂ ਗਗਨ ਦਾ ਇਹਦੇ ਵਿੱਚ ਤੇਲ ਲਾ ਲਓ ਜੀ ਤੇਲ ਇਹ ਵੀ ਡੀਪ ਫਰਾਈ ਹੋਏਗਾ ਹਾਂਜੀ ਡੀਪ ਫਰਾਈ ਹੋਏਗੀ ਇਹ ਵੀ ਆਈਟਮ ਚਲੋ ਤੇਲ ਤੇ ਗਰਮ ਹੁਣ ਕੀ ਕਰਨਾ ਦੱਸੋ ਅਸੀਂ ਤੇਲ ਗਰਮ ਹੋਣ ਵਾਸਤੇ ਰੱਖ ਹਾਂਜੀ ਅਸੀਂ ਇਹ ਮਿਕਸ ਕਰਾਂਗੇ ਠੀਕ ਹੈ ਇਹਦੇ ਵਿੱਚ ਅਸੀਂ ਆਲੂ ਪਾਣਾ ਆਲੂ ਨੂੰ ਮਿਕਸ ਕਰ ਦਾਂਗੇ ਹਾਂਜੀ ਅਸੀਂ ਉਹਨਾਂ ਦੇ ਵਿੱਚ ਮਸਾਲੇ ਡਾਲਾਂਗੇ ਠੀਕ ਹੈ ਜੀ ਅਜੇ ਸਾਰਾ ਪਾ ਦੇਣਾ ਹਾਂਜੀ ਤੇ ਕੀ ਪ੍ਰੋਪੋਰਸ਼ਨ ਹੈ ਜੀ ਇਹਦਾ 1 ਚਮਚ ਧਨੀਆ ਸਾਬੂਤ ਹਾਂਜੀ ਔਰ ਅੱਧਾ ਚਮਚ ਜੀਰਾ ਔਰ ਅੱਧਾ ਚਮਚ ਅਜਵਾਇਨ ਅੱਛਾ ਠੀਕ ਹੈ ਇਹ ਸਾਰਾ ਰੋਸਟ ਕਰ ਲੈਣਾ ਹੁਣ ਅਸੀਂ ਇਹਦੇ ਵਿੱਚ ਅਨਾਰਦਾਨਾ ਪਾਊਡਰ ਪਾਵਾਂਗੇ ਠੀਕ ਹੈ ਅੱਧਾ ਚਮਚ ਹਾਂਜੀ ਇਸ ਤਰ੍ਹਾਂ ਹੀ ਅਸੀਂ ਇਹ ਸਾਰੇ ਮਸਾਲੇ ਅੱਛਾ ਇਹਦੇ ਚ ਗਰਮ ਮਸਾਲਾ ਇਹਦੇ ਚ ਅਸੀਂ ਪਾਵਾਂਗੇ ਕੈਚ ਦਾ ਸੌਲਟ ਨਮਕ ਅੱਛਾ ਠੀਕ ਹੈ ਜੀ ਕੈਚ ਦਾ ਨਮਕ ਲਓ ਜੀ ਹਾਂਜੀ ਇਹਨਾਂ ਦੇ ਵਿੱਚ ਅਸੀਂ ਪਾਵਾਂਗੇ ਜਿੰਜਰ ਪਾਊਡਰ ਜਿੰਜਰ ਪਾਊਡਰ ਠੀਕ ਹੈ ਹਾਂਜੀ ਅਸੀਂ ਸਾਰਾ ਹੀ ਪਾ ਦਾਂਗੇ
ਲਓ ਜੀ ਠੀਕ ਹੈ ਔਰ ਅਸੀਂ ਪਾਵਾਂਗੇ ਇਹਦੇ ਵਿੱਚ ਦਾਲਚੀਨੀ ਪਾਊਡਰ ਦਾਲਚੀਨੀ ਪਾਊਡਰ ਅਸੀਂ ਕੈਚ ਦਾ ਫਰੈਸ਼ ਗਰਮ ਮਸਾਲਾ ਹਾਂਜੀ ਇਸ ਤਰ੍ਹਾਂ ਹਾਂ ਹਾਂਜੀ ਸਾਰੇ ਇਹਦੇ ਵਿੱਚ ਅਸੀਂ ਪਾਵਾਂਗੇ ਗ੍ਰੀਨ ਚਿੱਲੀ ਅੱਛਾ ਔਰ ਅਦਰਕ ਪਾਵਾਂਗੇ ਚੌਪ ਕੀਤਾ ਹੋਇਆ ਹਾਂਜੀ ਔਰ ਅਨਾਰਦਾਨਾ ਪਾਊਡਰ ਡਾਲਾਂਗੇ ਅਸੀਂ ਸਾਰਾ ਹੀ ਪਾ ਦਾਂਗੇ ਗਾਰਲਿਕ ਪੇਸਟ ਡਾਲਾਂਗੇ ਇਹਦੇ ਵਿੱਚ ਹਾਂਜੀ ਹਲਕਾ ਜਿਹਾ ਸੇਕਾ ਲੱਗ ਜਾਏਗਾ ਤੇ ਤੁਸੀਂ ਗੈਸ ਬੰਦ ਕਰ ਦੇਣਾ ਠੀਕ ਹੈ ਥੋੜਾ ਜਿਹਾ ਪੈਨ ਗਰਮ ਹੋ ਜਾਏ ਨਾ ਫਿਰ ਬੰਦ ਕਰ ਦਾਂਗੇ ਨਹੀਂ ਤੇ ਕਾਲਾ ਪੈ ਜਾਂਦਾ ਫਿਰ ਆ ਬੰਦ ਕਰ ਦੇ ਦਿਓ ਲਓ ਇਹ ਬੋਲ ਚ ਮੈਂ ਪਾ ਦੇਣਾ ਤੇ ਤੁਸੀਂ ਕਰਸ਼ ਕਰ ਲਓ ਆ ਲਓ ਹਾਂਜੀ ਰੋਸਟ ਕਰਕੇ ਡਾਲਣਾ ਇਹਦੀ ਮਹਿਕ ਬਹੁਤ ਵਧੀਆ ਬਹੁਤ ਵਧੀਆ ਆਉਂਦੀ ਹੈ ਹਾਂਜੀ ਬਿਲਕੁਲ ਕਰਸ਼ ਹੋ ਜਾਂਦਾ ਵਧੀਆ ਇਹਦਾ ਫਲੇਵਰ ਵਧੀਆ ਆ ਜਾਂਦਾ ਚਲੋ ਜੀ ਬਹੁਤ ਵਧੀਆ ਹੁਣ ਦੱਸੋ ਜੀ ਕੀ ਕਰਨਾ ਹੁਣ ਅਸੀਂ ਇਹਦੇ ਵਿੱਚ 3 ਚਮਚ ਹੀਪਡ ਅੱਛਾ ਮੈਦਾ ਡਾਲਾਂਗੇ ਅੱਛਾ ਦੋ ਚਮਚ ਅਸੀਂ ਪਹਿਲਾਂ ਡਾਲ ਦੇਵੇ ਹਾਂਜੀ ਚਮਚ ਬਾਅਦ ਤੋਂ ਡਾਲਾਂਗੇ ਅੱਛਾ ਪਹਿਲਾਂ ਮਿਕਸ ਕਰ ਰੱਖੇ ਦੇਖਾਂਗੇ ਹਾਂਜੀ ਵਾਹ ਮਹਿਕ ਤੇ ਇਹਦੀ ਬੜੀ ਵਧੀਆ ਆ ਰਹੀ ਜੀ ਖਾਸ ਤੌਰ ਤੇ ਜਿਹੜਾ ਤੁਸੀਂ ਮਸਾਲਾ ਰੋਸਟ ਕੀਤਾ ਸੀ ਹਾਂਜੀ ਉਹਦਾ ਫਲੇਵਰ ਬਹੁਤ ਵਧੀਆ ਲੱਗ ਰਿਹਾ ਉਹਦਾ ਫਲੇਵਰ ਬਹੁਤ ਵਧੀਆ ਇਹਦੇ ਚ ਆਉਂਦਾ ਮਿਕਸ ਤੇ ਵਧੀਆ ਹੋ ਗਿਆ ਜੀ ਹਾਂਜੀ ਇਹ ਤੁਸੀਂ ਇਹਦਾ ਟੇਸਟ ਕਰਕੇ ਦੇਖੋ ਇਹਦਾ ਨਮਕ ਠੀਕ ਹੈ ਮੈਂ ਟੇਸਟ ਕਰਕੇ ਦੇਖਾਂ ਹਾਂਜੀ ਇਹ ਸਭ ਤੋਂ ਵਧੀਆ ਕੰਮ ਹੁੰਦਾ ਕਿਚਨ 'ਚ ਕੰਮ ਕਰਦੇ ਨਾ ਜਦੋਂ ਖਾਣ ਨੂੰ ਮਿਲ ਜਾਂਦਾ ਵਿੱਚ ਵਿੱਚ ਹਾਂਜੀ ਇਹਦੇ ਨਾਲ ਕੋਈ ਚਟਨੀ ਵਗੈਰਾ ਸਰਵ ਕਰੋਗੇ ਹਾਂਜੀ ਫਿਰ ਨਮਕ ਠੀਕ ਹੈ ਜੀ ਹਾਂਜੀ ਫਿਰ ਜੇ ਪਲੇਨ ਖਾਏਗਾ ਬੰਦਾ ਥੋੜਾ ਜਿਹਾ ਨਮਕ ਲੱਗੇਗਾ ਹਾਂਜੀ ਠੀਕ ਹੈ ਸਰ ਔਰ ਇਹਦੇ ਵਾਸਤੇ ਥੋੜਾ ਜਿਹਾ ਤੁਸੀਂ ਇਹਦੇ ਚ ਪਾਣੀ ਨਾਲ ਥੋੜਾ ਘੋਲ ਬਣਾ ਲਓ ਹਾਂਜੀ ਅੱਛਾ ਮੈਂ ਇਹ ਲਓ ਜੀ ਤੁਹਾਡੀ ਥੋੜੀ ਜੀ ਮਦਦ ਕਰ ਦੇਣਾ ਠੀਕ ਬਣਾਉਣਾ ਰਾਈਟ ਜੀ ਹਾਂਜੀ ਤੇ ਆ ਦੇਖੋ ਜੀ ਹੁਣ ਥਿਕਨੈਸ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹ ਰੱਖਦਾ ਇੱਥੇ ਤੁਹਾਡੇ ਵਾਸਤੇ ਆ ਲਓ ਜੀ ਫਿਰ ਮਤਲਬ ਤੁਸੀਂ ਚਾਹੁੰਦੇ ਕਿ ਬੈਟਰ ਇੱਕਦਮ ਘੱਟ ਹੋਵੇ ਔਰ ਉਸ ਦੇ ਹਿਸਾਬ ਨਾਲ ਇਹ ਕੰਮ ਹੋਵੇ ਹਾਂਜੀ ਹਾਂਜੀ ਫਿਰ ਅਸੀਂ ਇਹਦੇ ਵਿੱਚ ਹਾਂ ਕੌਰਨਫਲੇਕਸ ਵਿੱਚ ਅੰਦਰ ਤੱਕ ਦੀ ਕੋਟਿੰਗ ਹੋ ਬਿਲਕੁਲ ਵਧੀਆ ਹੈ ਇਹਦੇ ਸੇ ਰੱਖ ਦੀ ਹਾਂਜੀ ਵਾਹ ਹੁਣ ਇਹ ਬਿਲਕੁਲ ਸਾਊਥ ਇੰਡੀਅਨ ਵੜੇ ਵਾਂਗੂ ਲੱਗ ਰਹੇ ਨੇ ਬਹੁਤ ਹੀ ਮਜ਼ੇਦਾਰ ਬਹੁਤ ਯੂਨੀਕ ਔਰ ਸਿੰਪਲ ਹੈ ਰੈਸਿਪੀ ਆਸਾਨੀ ਨਾਲ ਬਣਾਈ ਜਾ ਸਕਦੀ ਟੈਕਨੀਕਸ ਕਾਫੀ ਰੱਖੀ ਹੈ ਸਲੋਨੀ ਜੀ ਨੇ ਖਾਸ ਤੌਰ 'ਤੇ ਜਿਹੜਾ ਮਸਾਲਾ ਬਣਾਇਆ ਬਹੁਤ ਮਜ਼ੇਦਾਰ ਸਲੋਨੀ ਜੀ ਜੋ ਤੁਸੀਂ ਬਣਾ ਰਹੇ ਹੋ ਮੈਨੂੰ ਬੜਾ ਮਜ਼ਾ ਆ ਰਿਹਾ ਦੇਖ ਕੇ ਚਲੋ ਜੀ ਆਇਲ ਤਿਆਰ ਹੈ ਜੀ ਚਲੋ ਜੀ ਵਾਹ ਵਾਹ ਇਹ ਬਿਲਕੁਲ ਦੇਖਣ ਨੂੰ ਜੇ ਮਜ਼ਾ ਆ ਰਿਹਾ ਜੀ ਮੈਨੂੰ ਦੇਖ ਕੇ ਅਤੇ ਇਹ ਦੱਸੋ ਤੁਸੀਂ ਇੰਨੀਆਂ ਵਧੀਆ ਚੀਜ਼ਾਂ ਬਣਾ ਰਹੇ ਹੋ ਕਦੇ ਟ੍ਰੇਨਿੰਗ ਵੇਨਿੰਗ ਵੀ ਲਈ ਕਿ ਸਿੱਧਾ ਸ਼ੌਕੀਆ ਤੌਰ 'ਚ ਕਰਦੇ 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 ਪ੍ਰੋਫੈਸ਼ਨਲ ਬਣ ਗਏ ਹਾਂਜੀ ਸਰ ਮੈਂ ਸ਼ੌਕੀਆ ਤੌਰ 'ਤੇ ਹੀ ਅੱਛਾ ਸ਼ੌਕੀਆ ਤੌਰ 'ਚ ਬਹੁਤ ਵਧੀਆ ਇਹ ਬਹੁਤ ਹੀ ਮਜ਼ੇਦਾਰ ਲੱਗ ਰਹੇ ਨੇ ਉੱਪਰੋਂ ਇੱਕਦਮ ਕ੍ਰਿਸਪ ਲੱਗ ਰਹੇ ਨੇ ਹੈਂਜੀ ਅਤੇ ਇਹ ਇਹਦੀ ਪ੍ਰੈਜੈਂਟੇਸ਼ਨ ਵਾਸਤੇ ਕੋਈ ਚਟਨੀ ਵਟਨੀ ਵੀ ਚਾਹੀਦੀ ਹਾਂਜੀ ਹਾਂਜੀ ਚਟਨੀਆਂ ਵੀ ਬਣਾਈਆਂ ਹੋਈਆਂ ਬਣਾਈਆਂ ਤੁਸੀਂ ਹਾਂਜੀ ਲਓ ਜੀ ਵੜੇ ਬਿਲਕੁਲ ਤਿਆਰ ਵਧੀਆ ਹਾਂਜੀ ਇਹਦੀਆਂ ਚਟਨੀਆਂ ਵੀ ਲੈ ਲਓ ਜੀ ਤਦ ਤੱਕ ਇਹ ਜੋ ਮੈਂ ਕੱਟਿਆ ਇਹ ਇੱਥੇ ਰੱਖ ਦਿੰਦਾ ਸਲੋਨੀ ਜੀ ਨੇ ਵੀ ਵਧੀਆ ਲੈਮਨ ਰੋਜ਼ ਬਣਾ ਕੇ ਰੱਖਿਆ ਯੈਲੋ ਰੋਜ਼ ਮੈਂ ਇੱਕ ਰੈੱਡ ਰੋਜ਼ ਬਣਾ ਦੇ ਰਿਹਾ ਜੀ ਵਾਹ ਵਧੀਆ ਕਰੀ ਪੱਤਾ ਵੀ ਫਰਾਈ ਕਰ ਲਓ ਤਾਂ ਵਧੀਆ ਲੱਗੇਗਾ ਤੁਹਾਨੂੰ ਵੀ ਅੱਛਾ ਲੱਗੇਗਾ ਬਸ 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 ਇਹਨੂੰ ਕੱਢ ਦਿਓ ਜੀ ਇਹ ਕੱਢਤਾ ਜੀ ਕਰੀ ਪੱਤਾ ਵੀ ਅੱਛਾ ਚਟਨੀਆਂ ਤਿਆਰ ਹਾਂਜੀ ਮੈਡਮ ਤੇ ਇਹ ਵੀ ਦੱਸੋ ਕਿਹੜੀ ਕਿਹੜੀ ਚਟਨੀ ਹੈ ਜੀ ਹਾਂਜੀ ਸਰ ਇਹ ਪੁਦੀਨੇ ਦੀ ਚਟਨੀ ਹੈ ਹਾਂਜੀ ਔਰ ਇਹ ਇਮਲੀ ਤੇ ਗੁੜ ਦੀ ਚਟਨੀ ਹੈ ਜਿਹੜੇ ਕਿ ਸਾਡੇ ਪੰਜਾਬ ਜ਼ਿਆਦਾ ਇਹੀ ਫੇਮਸ ਹੈ ਅੱਛਾ ਇਮਲੀ ਔਰ ਗੁੜ ਦੀ ਚਟਨੀ ਚਟਨੀ ਜਿਹਨੂੰ ਅਸੀਂ ਹਾਂਜੀ ਔਰ ਇਹ ਅਨਾਰਦਾਨੇ ਦੀ ਚਟਨੀ ਅਨਾਰਦਾਨੇ ਦੀ ਚਟਨੀ ਚਲੋ ਬਹੁਤ ਵਧੀਆ ਚਲੋ ਮੈਡਮ ਇਹ ਬਿਲਕੁਲ ਤਿਆਰ ਵਧੀਆ ਇਹ ਲਓ ਜੀ ਪੁਦੀਨੇ ਦੀ ਚਟਨੀ ਲਓ ਜੀ ਇਹ ਵਿੱਚ ਰੱਖ ਦਿਓ ਕਿਆ ਬਾਤ ਬਾਅਦ ਚੋਂ ਕਿਉਂਕਿ ਚਾਰੋਂ ਮੈਂ ਖਾ ਜਾਂਦੇ ਹਾਂ ਚਲੋ ਬਹੁਤ ਵਧੀਆ
सलोनी जी दी डिश बिल्कुल तैयार है और चखन तो पहले मैं चाहना कि तुसी एक छोटा सा ब्रेक ले लो जी। वेख दे रहो पंजाब दे सुपर शेफ सीजन 2। लो जी एक काम कर दे ललन है जी, की बनाया तुसी? वेलकम बैक। डिश बन गई बहुत ही लाजवाब, देखने से तो बहुत लाजवाब लग रही जी, बिल्कुल वड़े दी डुप्लीकेट और नॉर्थ इंडियन इंग्रेडिएंट्स साउथ इंडियन फीलिंग। हुण सोचो तुसी भंगड़ा ते कथक या कथकली मिक्स हो जाए तो की होएगा? की होएगा सलोनी जी? हाँ जी, एक हाथ इस तरह भंगड़े का जाएगा ऊपर तो हाँ दूजा हाथ इस तरह रहेगा। हाँ जी, इस तरह करेगा कथकली। हाँ, एक इस तरह कितने वो डिश तो नहीं मतलब कि देखन चे ते मजेदार है बट पता नहीं चल रहा है बंदा भंगड़ा कर रहा है कि तुसी टेस्ट करो सर। मैं टेस्ट करा? हाँ जी। पक्का? हाँ जी। कॉन्फिडेंट हो तुसी? हाँ जी बिल्कुल। हैं लो जी एक काम कर दे ललन है जी, की बनाया तुसी? देखने से तो अच्छा है। हाँ जी। पर खान जी? बहुत अच्छा है। बिल्कुल जी। हाँ जी। बिल्कुल बहुत अच्छा है। हाँ जी। खास तौर से तुसी जेड़ा मसाला पाया ना? हाँ जी। जेड़ा जीरा अजवाइन धनिये का मसाला पाया? हाँ जी। बहुत ही मजेदार। हाँ जी। मैं तो खान से लगा रहूंगा, तुसी भी देख लो किचन से सारे इनग्रीडियंट तुहानू मिलदे तो तुसी भी ट्राई कर सकते हो। वड़ा कचालू कबाब बनाने लई तुहानू लोड है कचालू उबले ते मैश कीते होए, आलू उबले ते मैश कीते होए, अनारदाना पाउडर, गरम मसाला, दालचीनी पाउडर, अदरक पाउडर, हरी मिर्च, लसन कटिया होया, अदरक पेस्ट, मैदा, धनिया पाउडर, अजवाइन, जीरा पाउडर भुनिया ते पिसिया होया, कसूरी मेथी भुनी ते पिसी हुई ते नमक स्वाद अनुसार। सब तो पहला कढ़ाई विच तेल गरम करो, नाल ही मिक्सचर लई कचालू विच आलू, धनिया, अजवाइन, जीरा पाउडर, अनारदाना पाउडर, गरम मसाला, अदरक पाउडर, दालचीनी पाउडर, हरी मिर्च, कटी हुई लहसुन, अदरक पेस्ट, कसूरी मेथी, मैदा ते स्वाद अनुसार नमक पाके मिक्स करो। थोड़े जे मैदे विच पानी पाके गाढ़ा घोल तैयार करो। मिक्सचर दे वड़े बना के उपरों हत्था नाल मैदे दा घोल लगाओ ते कॉर्नफ्लेक्स दी कोटिंग करके गरम तेल विच फ्राई कर लो। पुदीने दी चटनी, इमली ते गुड़ दी चटनी ते अनार दाने दी चटनी नाल गर्मा गर्म सर्व करो। ते लो जी तैयार है वड़ा कचालू कबाब। लो जी दोस्तों दूसरी डिश भी टेस्ट हो चुकी है, शेफ हरपाल जी दे बहुत ही वधिया रिव्यूज ने जी इस डिश नूं लैके। हुण वारी ए है कि हुण सानूं वी तां टाइम मिलना है खाण वास्ते, सवेर दे लगे हुए ने उह किचन दे विच, इन्नी मेहनत है। शेफ हरपाल जी ते सलोनी जी दोनों मिलके डिशेज बना रहे सीगे, हुण अपना फर्ज ये बनता है कि आपां इस नूं खाईए। पहला फर्ज तो यह है, ठीक है। उस दे नाल नाल अपना एक होर फर्ज बनता है कि आप थोड़ी जी तैयारी भी तो करिए, क्योंकि आप चीज़ा खानी है, डिशेज खानी ने, तो वो कुछ प्लेट्स होनी चाहिए ने, कुछ मतलब डेकोरेशन होनी चाहिए टेबल पर, तो ये तुम की कर सकते हो दोस्तों? श्योर है जी? बिल्कुल। इन्हें तो पता लगता है कि पहला भी ये काम करते रहे हैं। चलो ठीक है जी, चलो फिर आ जाओ। ਸਵੇਰ ਤੋਂ ਬਿਜ਼ੀ ਹੋਏ ਪਏ ਹੋ ਡਿਸ਼ਿਸ ਬਣਾਉਣ ਦੇ ਵਿੱਚ, ਇੰਨੀ ਮਿਹਨਤ ਕਰ ਰਹੇ ਹੋ, ਤੇ ਥੋੜੀ ਜਿਹੀ ਮਿਹਨਤ ਇਹਨਾਂ ਤੋਂ ਵੀ ਕਰਾਈਏ। ਟੇਬਲ ਖਾਲੀ ਪਿਆ ਸੀਗਾ, ਕੰਮ ਚਲਾਤਾ? ਮੈਂ ਕਿਹਾ ਜੀ ਕੰਮ ਲਾਤਾ, ਆਪਾਂ ਕਿਹਾ ਥੋੜਾ ਜਿਹਾ ਟੇਬਲ ਟੂਬਲ ਸਜਾਓ, ਕੁਛ ਖਾਣਾ ਪੀਣਾ ਵੀ ਤਾਂ ਹੈ। ਅੱਛਾ ਖਾਣਾ ਖਾਣਾ ਹੈ, ਥੋੜੀ ਜਿਹੀ ਮਿਹਨਤ ਕਰਨੀ ਜ਼ਰੂਰੀ ਹੈ। ਬਿਲਕੁਲ ਸਹੀ ਕਿਹਾ ਜੀ। ਹੁਣ ਮੈਂ ਉਡੀਕ ਕਰ ਰਿਹਾ ਕਿ ਉਹ ਡਿਸ਼ਿਸ ਲੈ ਕੇ ਆ। ਲਓ ਜੀ ਆ ਗਏ, ਕੀ ਬਾਤ ਹੈ, ਕੀ ਬਾਤ ਹੈ। ਸੋ ਫਾਈਨਲੀ ਸਾਰੇ ਡਿਸ਼ਿਸ ਆ ਚੁੱਕੀਆਂ ਨੇ। ਸਲੋਨੀ ਜੀ ਸਵੇਰ ਤੋਂ ਤੁਸੀਂ ਮਿਹਨਤ ਕਰ ਰਹੇ ਸੀਗੇ ਡਿਸ਼ਿਸ ਬਣਾਉਣ ਦੇ ਵਾਸਤੇ, ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਹਾਂਜੀ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਦੈਟਸ ਗ੍ਰੇਟ।
ਤਾਂ ਸ਼ੈਫ ਹਰਪਾਲ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਇਹਨਾਂ ਡਿਸ਼ਿਜ਼ ਦੇ ਬਾਰੇ? ਦੇਖਣ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਨੇ ਅਤੇ ਮੈਨੂੰ ਇਹੀ ਉਮੀਦ ਹੈ ਕਿ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੋਣਗੀਆਂ। ਸਾਹਿਲ ਮੈਂ ਤਾਂ ਡਿਸ਼ਿਜ਼ ਜਿਹੜੀਆਂ ਨਾ ਟੇਸਟ ਕਰ ਲਈਆਂ। ਬਿਲਕੁਲ ਜੀ। ਬਟ ਮੈਡਮ ਜੀ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਇੱਕ ਡਿਸ਼ ਟੇਸਟ ਕਰਾਉਣੀ ਸੀ ਤੁਸੀਂ, ਉਹ ਕਿਹੜੀ ਹੈ? ਪਨੀਰ ਪਟਾਕਾ। ਪਟਾਕੇ ਪਾਊਗਾ ਜੀ। ਬਿਲਕੁਲ। ਇੱਕ ਮੇਰੀ ਇਨੋਵੇਸ਼ਨ ਰੈਸਪੀ ਹੈ ਜੀ, ਔਰ ਇਸ ਟਾਈਮ ਇਹਨਾਂ ਨੇ ਮੇਰੇ ਹਸਬੈਂਡ ਨੇ ਬਣਾਈ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ। ਤੇ ਕੰਮ ਕਰੋ ਤੁਸੀਂ ਇਹ ਵਾਲੇ ਟੇਸਟ ਕਰੋ ਜਿਹੜੇ ਸਲੋਨੀ ਜੀ ਨੇ ਬਣਾਏ, ਮੈਂ ਉਹ ਟੇਸਟ ਕਰਦਾ। ਮੈਨੂੰ ਨਾ ਇੱਕ ਗੱਲ ਕਹਿਣੀ ਹੈ ਜੀ, ਮੈਨੂੰ ਲੱਗਦਾ ਇਸ ਦਾ ਨਾਮ ਪਨੀਰ ਪਟਾਕਾ ਇਸ ਕਰਕੇ ਕਿਹਾ ਗਿਆ ਜੀ, ਭਲੇ ਟਾਈਮ ਦੇ ਵਿੱਚ ਮਿਸਟਰ ਬਾਂਸਲ ਜੀ ਨਾ ਮਿਸਿਸ ਬਾਂਸਲ ਨੂੰ ਪੱਕਾ ਪਟਾਕਾ ਕਹਿੰਦੇ ਹੋਣੇ। ਇਹਨਾਂ ਨੇ ਇਹਨਾਂ ਨੂੰ ਦੱਸੀ ਵੀ ਦਿੱਤੀ ਤੇ ਇਹਨਾਂ ਨੇ ਪਨੀਰ ਪਟਾਕਾ ਹੀ ਰੱਖ ਦਿੱਤਾ। ਅੱਛਾ, ਬਹੁਤ ਵਧੀਆ। ਚਲੋ ਜੀ ਸ਼ੁਰੂ ਹੋ ਜਾਓ। ਨਾਲੇ ਇਹ ਮੇਨ ਡਿਸ਼ ਹੈ ਜਿਹੜੀ ਹੈਗੀ ਹੈ ਜੀ, ਬੜਾ ਕਚਾਲੂ ਕਬਾਬ। ਬਿਲਕੁਲ। ਔਰ ਇਹ ਹੈ ਪਨੀਰ ਪਟਾਕਾ, ਤੇ ਇਹ ਦੂਜੀ ਮੇਨ ਡਿਸ਼ ਹੈ ਜੀ, ਵੈਜ ਫਿਸ਼ ਸਵੀਟ ਮਸਾਲਾ। ਸਾਰੇ ਆਓ। ਮਜ਼ੇਦਾਰ ਹੈ ਜੀ ਬੜੇ। ਮੈਨੂੰ ਤੇ ਬੜੇ ਬਹੁਤ ਅੱਛੇ ਲੱਗੇ, ਕਿਉਂਕਿ ਮੈਨੂੰ ਲੱਗਦਾ ਕਿ ਬੜੇ ਬਣਾਉਣ ਦਾ ਸਟਾਈਲ ਬਹੁਤ ਯੂਨੀਕ ਸੀ, ਉਹਦੇ ਜਿਹੜੇ ਸਪਾਈਸਿਸ ਸੀ ਉਹ ਬਹੁਤ ਯੂਨੀਕ ਸੀ, ਔਰ ਮਜ਼ਾ ਆ ਗਿਆ ਜੀ ਦੇਖ ਕੇ। ਇਹੋ ਜਿਹੀ ਡਿਸ਼ਿਜ਼ ਮਿਲਣ ਅਤੇ ਮੇਰੇ ਖਿਆਲ 'ਚ ਪਰਿਵਾਰ ਇੱਕਦਮ ਪਟਾਕੇ ਉਟਾਕੇ ਸਭ ਭੁੱਲ ਜਾਣਗੇ। ਬਿਲਕੁਲ ਜੀ, ਵੱਡੇ ਵੱਡੇ ਹੋ ਜਾਏਗੇ, ਦਿਲ ਜਿਹੜਾ ਨਾ ਵੱਡੇ ਵੱਡੇ ਹੋ ਜਾਏਗਾ। ਹੁਣ ਤੱਕ ਦੀ ਤੁਹਾਨੂੰ ਬਿਲਕੁਲ ਬੈਸਟ ਰੈਸਪੀ ਲੱਗੀ ਹੈ? ਬਿਲਕੁਲ ਬਿਲਕੁਲ। ਜਿਵੇਂ ਕਿ ਸ਼ੈਫ ਹਰਪਾਲ ਜੀ ਤੁਸੀਂ ਹਮੇਸ਼ਾ ਐਪਰੀਸ਼ੀਏਟ ਕਰਦੇ ਹੋ ਜੀ, ਜਿੰਨੇ ਵੀ ਕੰਟੈਸਟੈਂਟ ਹੁੰਦੇ ਨੇ ਜੋ ਇਸ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ, ਹੁਣ ਉਹ ਟਾਈਮ ਆ ਚੁੱਕਿਆ ਮੇਰੇ। ਬਿਲਕੁਲ, ਓਨਰ ਕਰਨ ਦਾ। ਬਿਲਕੁਲ। ਤੇ ਸਲੋਨੀ ਜੀ ਮਿਹਨਤ ਬੜੀ ਕੀਤੀ ਤੁਸੀਂ ਇਸ ਕਰਕੇ ਤੁਹਾਡੇ ਵਾਸਤੇ। ਸੋ ਇਹ ਹੈ ਜੀ ਗਗਨ ਵੱਲੋਂ ਬਹੁਤ ਹੀ ਪਿਆਰਾ ਜਿਹਾ ਗਿਫਟ ਹੈਂਪਰ, ਇਹ ਹੈਗੀ ਜੀ ਗਗਨ ਜਸ਼ਨ ਮੋਮੈਂਟ। ਜਿਹੜੇ ਵਧੀਆ ਖਾਣਾ ਬਣਾਉਂਦੇ ਨੇ ਉਹਨਾਂ ਨੂੰ ਚਾਹੀਦੇ ਵਧੀਆ ਮਸਾਲੇ। ਇਹ ਲਓ ਜੀ ਕੈਚ ਵੱਲੋਂ ਵਧੀਆ ਗਿਫਟ ਹੈਂਪਰ ਤੁਹਾਡੇ ਵਾਸਤੇ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਆ, ਇਹ ਪ੍ਰਾਈਜ਼ ਵਗੈਰਾ ਸਭ ਬਹੁਤ ਵਧੀਆ ਹੁੰਦਾ, ਲੇਕਿਨ ਜਿਹੜੇ ਵੀ ਮਿਹਨਤ ਕਰਦੇ ਨਾ ਉਹਨਾਂ ਨੂੰ ਲੱਗਦਾ ਕਿ ਮਿਹਨਤ ਕਰਨ ਦਾ ਫਲ ਬੜਾ ਮਿੱਠਾ ਹੋਣਾ ਚਾਹੀਦਾ। ਅਤੇ ਇੱਕ ਰੈਕੋਗਨੀਸ਼ਨ ਇਸ ਤਰ੍ਹਾਂ ਕਿ ਜਦੋਂ ਵੀ ਉਸ ਚੀਜ਼ ਨੂੰ ਦੇਖੋ ਤਾਂ ਲੱਗਦਾ ਕਿ ਹਾਂ ਜੀ ਪਾਰਟੀਸਪੇਟ ਕੀਤਾ। ਅਤੇ ਇਹ PDC ਪੰਜਾਬੀ ਵੱਲੋਂ ਇਹ ਛੋਟੀ ਜਿਹੀ ਟਰੋਫੀ ਜਿਹੜੀ ਤੁਹਾਡੀ ਕਿਚਨ ਦੀ ਸ਼ਾਨ ਵਧਾਏਗੀ, ਤੁਸੀਂ ਜਦੋਂ ਵੀ ਖਾਣਾ ਬਣਾਓਗੇ ਮਜ਼ਾ ਆਏਗਾ। ਔਰ ਮੇਰੀ ਪੂਰੀ ਕੋਸ਼ਿਸ਼ ਆ ਜਾਂ ਉਮੀਦ ਮੈਂ ਕਰਾਂਗਾ ਕਿ ਸਾਨੂੰ ਹੋਰ ਵੀ ਇਹੋ ਜਿਹੇ ਅੱਗੇ ਕੰਟੈਸਟੈਂਟ ਮਿਲਣ ਤਾਂ ਕਿ ਦੁਨੀਆ ਦੇਖ ਸਕੇ ਕਿ ਖਾਣਾ ਵਧੀਆ ਕਿਸ ਤਰ੍ਹਾਂ ਬਣਦਾ। ਔਰ ਬਹੁਤ ਵਧੀਆ ਜੀ, ਮੈਨੂੰ ਬੜਾ ਅੱਛਾ ਲੱਗਾ ਤੁਹਾਡੇ ਸਾਰਿਆਂ ਨਾਲ ਮਿਲ ਕੇ, ਤੇ ਮੇਰੀ ਹੁਣ ਵਾਰੀ ਹੈ ਸਾਹਿਬ। ਬਿਲਕੁਲ ਜੀ, ਹੁਣ ਤੁਸੀਂ ਅਗਲੇ ਸ਼ਹਿਰ ਵੀ ਜਾਣਾ, ਕੰਟੈਸਟੈਂਟ ਦੇ ਘਰੇ ਵੀ ਜਾਣਾ। ਬਿਲਕੁਲ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਜ਼ੋਰਦਾਰ ਤਾਲੀਆਂ ਜੀ ਸ਼ੈਫ ਹਰਪਾਲ ਜੀ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਮੈਂ ਨਿਕਲਦਾ ਜੀ, ਹੁਣ ਇਜਾਜ਼ਤ ਮੈਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਬਹੁਤ ਹੀ ਮਜ਼ਾ ਆਇਆ ਜੀ ਅੱਜ ਬਟਾਲਾ ਸ਼ਹਿਰ ਦੇ ਵਿੱਚ, ਬਹੁਤ ਹੀ ਵਧੀਆ ਵਧੀਆ ਡਿਸ਼ਿਜ਼ ਸਾਨੂੰ ਖਾਣ ਨੂੰ ਮਿਲੀਆਂ, ਅਤੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਤੁਸੀਂ ਇੰਨੀ ਖਾਤਰਦਾਰੀ ਕੀਤੀ ਸਾਡੀ। ਸੋ ਥੈਂਕ ਯੂ ਸੋ ਮਚ ਫੋਰ ਦਿਸ। ਅਤੇ ਜਾਂਦੇ ਜਾਂਦੇ ਤੁਹਾਨੂੰ ਦੱਸਣਾ ਚਾਹਾਂਗੇ ਸਾਡੇ ਸ਼ੋਅ ਦੇਖੋ ਕੁਇਕ ਨਾਲ ਪਾਰਟਨਰ ਨੇ ਗਗਨ ਕੁਕਿੰਗ ਓਇਲ, ਜਹਾਂ ਗਗਨ ਵਹਾਂ ਜਸ਼ਨ, ਜਹਾਂ ਜਸ਼ਨ ਵਹਾਂ ਗਗਨ। ਡਿਸ਼ ਵਾਸ਼ਿੰਗ ਪਾਰਟਨਰ ਨੇ ਵਿਮ ਲਿਕੁਇਡ ਜਲ, ਸਿਰਫ ਇੱਕ ਚਮਚ ਵਿਮ ਕਾ ਘੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ। ਸਪਾਈਸ ਪਾਰਟਨਰ ਨੇ ਕੈਚ ਮਸਾਲੇ, 100% ਇੰਡੀਅਨ ਵੁਮਨ ਕਾ ਮੈਚ, ਸਿਰਫ ਕੈਚ। ਦੋਸਤੋ ਹੁਣ ਦਿਓ ਸਾਨੂੰ ਇਜਾਜ਼ਤ, ਅਸੀਂ ਤੁਹਾਡੇ ਨਾਲ ਕਰਾਂਗੇ ਮੁਲਾਕਾਤ ਇੱਕ ਹੋਰ ਨਵੇਂ ਕੰਟੈਸਟੈਂਟ ਦੇ ਨਾਲ ਨਵੇਂ ਸ਼ਹਿਰ ਦੇ ਵਿੱਚ। ਦੇਖਦੇ ਰਹੋ PDC ਪੰਜਾਬੀ, ਇਹ ਹੈ ਜੀ PDC ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 2। ਕੁਛ ਰੈਸਪੀਜ਼ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਕਿ ਇਹ ਜਦੋਂ ਬਣਨਗੀਆਂ ਕਿੰਨਾ ਐਕਸਾਈਟਮੈਂਟ ਕ੍ਰੀਏਟ ਕਰਨਗੀਆਂ। ਰੈਸਪੀਜ਼ ਸਲੋਨੀ ਜੀ ਦੀ ਜਦੋਂ ਮੈਨੂੰ ਮਿਲੀ PDC ਪੰਜਾਬੀ 'ਚ ਉਹਨਾਂ ਨੇ ਕੱਲੀ, ਮੈਂ ਪੜ੍ਹ ਕੇ ਬੜਾ ਐਕਸਾਈਟਡ ਹਾਂ ਕਿ ਇਹ ਵੈਜ ਫਿਸ਼ ਸਵੀਟ ਮਸਾਲਾ ਇਹ ਕੀ ਹੋ ਸਕਦਾ ਹੈ। ਮੈਂ ਬਿਲਕੁਲ ਮਤਲਬ ਸੋਚ ਨਹੀਂ ਪਾ ਰਿਹਾ ਸੀ ਕਿ ਇਹ ਬਣੇਗੀ ਕੀ, ਇਹਦੇ 'ਚ ਐਕਚੁਅਲੀ ਫਿਸ਼ ਹੋਏਗੀ, ਵੈਜ ਤਾਂ ਲਿਖਿਆ ਲੇਕਿਨ ਐਕਚੁਅਲੀ ਫਿਸ਼ ਹੋਏਗੀ ਕਿ ਨਹੀਂ, ਕੀ ਹੋਏਗਾ ਪਤਾ ਨਹੀਂ ਚੱਲ ਰਿਹਾ ਸੀ। ਔਰ ਉਹਦੇ ਨਾਲ ਨਾਲ ਕਚਾਲੂ ਵੜੇ, ਉਹ ਥੋੜ੍ਹਾ ਜਿਹਾ ਤਾਂ ਸਮਝ ਆ ਰਿਹਾ ਸੀ ਲੇਕਿਨ ਵੈਜ ਫਿਸ਼ ਸਵੀਟ ਮਸਾਲਾ ਬਿਲਕੁਲ ਸਮਝ ਨਹੀਂ ਆਇਆ। ਸਲੋਨੀ ਜੀ ਬਹੁਤ ਹੀ ਇੰਟਰਸਟਿੰਗ ਕੰਟੈਸਟੈਂਟ ਰਹੇ ਹੈ PDC ਪੰਜਾਬੀ 'ਚ, ਦੋਵੇਂ ਡਿਸ਼ਿਜ਼ ਇਹਨਾਂ ਦੀ ਮੈਨੂੰ ਬਹੁਤ ਪਸੰਦ ਆਈ ਔਰ ਟੈਕਨੀਕੈਲਿਟੀਜ਼ 'ਚ ਬਿਲਕੁਲ ਬਾਰੀਕੀ ਨਾਲ ਇਹਨਾਂ ਨੇ ਧਿਆਨ ਦਿੱਤਾ। ਮੈਨੂੰ ਲੱਗਦਾ ਕਿ ਇਹ ਡਿਸ਼ਿਜ਼ ਦੇਖ ਕੇ ਪੂਰੇ ਜਹਾਨ 'ਚ PDC ਜਿੱਥੇ ਵੀ ਬੀਮ ਹੁੰਦਾ ਦੇਖਦੇ ਨੇ ਲੋਕ,
ਉਹ ਜ਼ਰੂਰ ਘਰ ਬਣਾਉਣਗੇ। ਮੇਰੇ ਵੱਲੋਂ ਸਲੋਨੀ ਜੀ ਨੂੰ ਆਲ ਦ ਬੈਸਟ, ਬਹੁਤ ਵਧੀਆ ਡਿਸ਼ਿਜ਼ ਬਣਾਏ ਤੁਸੀਂ।